ਬੈਠ ਕੇ ਵਿਚਾਰ ਕਰਨ ਲਈ ਤਿਆਰ ਨਹੀਂ ਹੈ ਕਿਤੇ, ਫਿਰ ਸਭ ਤੋਂ ਵੱਡਾ ਹਲਕੀ ਦਿਸਦਾ ਵਿਚਾਰ ਕਰਨ ਬੀਬਾ ਬੈਠ ਕੇ ਕਿਹਦੇ ਨਾਲ ਵਿਚਾਰ ਕਰਨ, ਜਿਹੜੇ ਤਾਂ ਉਹਨਾਂ ਦੇ ਆਉਂਦੇ ਆ ਉਹ ਲੋਕ ਤਾਂ ਇਸ ਤਰ੍ਹਾਂ ਦੇ ਹੈ ਨਹੀਂ ਵੀ ਉਹਨਾਂ ਦੇ ਨਾਲ ਵਿਚਾਰ ਕੀਤੀ ਜਾ ਸਕੇ, ਅਤੇ ਫਿਰ ਅਗਲੇ ਦਿਨ ਮੀਟਿੰਗ ਦੇ ਵਿੱਚ ਨਹੀਂ ਆਏ। ਉੱਥੋਂ ਜਰਮਨੀ ਸਾਰਿਆਂ ਨੂੰ ਬੁਲਾ ਕੇ ਔਰ ਸਾਰਾ ਕੁਛ ਤੈਅ ਕਰਕੇ, ਮੀਟਿੰਗਸ ਤੈਅ ਕਰਕੇ, ਪ੍ਰੈਸ ਵਾਲੇ ਅਤੇ ਉਹ ਸਾਰਾ ਰਿਕਾਰਡਿੰਗ ਸਿਸਟਮ ਹਾਲ ਕਿਰਾਏ 'ਤੇ ਲਿਆ, ਲੇਕਿਨ ਆ ਪਹੁੰਚੇ ਨਹੀਂ। ਨਾਂ ਲੈ ਕੇ ਗੱਲ ਕਰਦੇ ਭਾਈ ਰਣਜੀਤ ਸਿੰਘ ਨੇ ਜਿਹੜਾ ਉਹ ਵਾਰ ਵਾਰ ਇਹ ਗੱਲ ਕਹੀ ਕਿ ਮੈਂ ਜਥੇਦਾਰ ਨੂੰ ਨਹੀਂ ਮੰਨਦਾ, ਉਹ ਪੁਜਾਰੀ ਨੇ, ਮੈਂ ਬਾਦਲਾਂ ਦੇ ਬਣਾਏ ਸਿਸਟਮ ਨੂੰ ਨਹੀਂ ਮੰਨਦਾ, ਜਾਂ ਮੈਂ ਉਹ ਬਿਲਡਿੰਗ ਨੂੰ ਨਹੀਂ। ਅੱਜ ਵੀ ਭਾਈ ਰਣਜੀਤ ਸਿੰਘ ਜਾਂ ਦਮਨਮਿੰਟ ਸਾਹਿਬ, ਕਿਉਂਕਿ ਦੋਵਾਂ ਪਾਸਿਆਂ ਤੋਂ ਕਿਤੇ ਨਾ ਕਿਤੇ ਕਮੀਆਂ ਨੇ ਜਿਹਦੀ ਵਜ੍ਹਾ ਕਰਕੇ ਕੌਮ ਵਿੱਚ ਸੰਤਾਪ ਹੋ ਗਿਆ। ਗੱਲ ਸਿੱਧੀ ਜੀ ਹੈ ਵੀ ਜੇ ਘਰ 'ਚ ਚੋਰ ਆ ਜਾਵੇ, ਸੱਪ ਆ ਜਾਵੇ ਤਾਂ ਘਰ ਨਹੀਂ ਢਾਈਦਾ, ਚੋਰ ਜਾਂ ਸੱਪ ਨੂੰ ਬਾਹਰ ਕੱਢੀ। ਦਰਸ਼ਕੋ, ਤੁਸੀਂ ਦੇਖ ਰਹੇ ਹੋ ਗੁਰਬਾਣੀ ਅਖੰਡ ਬਾਣੀ ਚੈਨਲ, ਅਤੇ ਮੈਂ ਹਰਜੀਤ ਕੌਰ ਖਾਲਸਾ ਫਤਿਹ ਅਰਜ਼ ਕਰਦੀ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਅਸੀਂ ਪਹੁੰਚੇ ਹਾਂ ਚੰਡੀਗੜ੍ਹ 28 ਸੈਕਟਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ। ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਜਿੱਥੇ ਭਾਈ ਢੱਡਰੀਆਂ ਵਾਲੇ, ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਹੈਗੇ ਨੇ, ਉਹਨਾਂ ਦਾ ਜੋ ਵੱਲੋਂ ਵਿਵਾਦ ਖੜਾ ਕੀਤਾ ਗਿਆ ਹੈ, ਉਹਨਾਂ ਦੇ ਪ੍ਰਚਾਰ ਕਰਨ 'ਤੇ ਦੱਸਿਆ ਜਾਂਦਾ ਕਿ ਵਿਵਾਦ ਹੋ ਰਿਹਾ, ਕਿਤੇ ਨਾ ਕਿਤੇ ਵਿਰੋਧੀ ਧਿਰ ਵੀ ਹੈਗੇ ਜਿਹੜੇ ਉਹਨਾਂ ਆਪਸੀ ਮਤਭੇਦ ਉਹਨਾਂ ਦੇ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੇ ਨੇ। ਅਤੇ ਅੱਜ ਚੰਡੀਗੜ੍ਹ ਦੇ ਵਿੱਚ ਵੀ ਪ੍ਰੈਸ ਕਾਨਫਰੰਸ ਰੱਖੀ ਗਈ ਉਹਨਾਂ ਦੇ ਵਿਵਾਦ ਨੂੰ ਦਾ ਕੋਈ ਹੱਲ ਕੱਢਣ ਵਾਸਤੇ। ਅਤੇ ਸਾਡੇ ਨਾਲ ਮੌਜੂਦ ਨੇ ਗੁਰਤੇਜ ਸਿੰਘ ਜੀ, ਜਿਹੜੇ ਕਿ IAS ਰਿਟਾਇਰ IAS ਨੇ, ਅਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਗੁਰਬਾਣੀ ਅਖੰਡ ਬਾਣੀ ਚੈਨਲ 'ਤੇ। ਵਾਹਿਗੁਰੂ ਜੀ ਕੀ ਫਤਿਹ। ਗੁਰਤੇਜ ਸਿੰਘ ਜੀ, ਪਹਿਲਾਂ ਤਾਂ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਕਿ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਜਿੱਥੇ ਦੱਸਿਆ ਜਾਂਦਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵੱਲੋਂ ਜੋ ਵਿਵਾਦ ਖੜਾ ਕੀਤਾ ਗਿਆ, ਅਤੇ ਕੀ ਮਕਸਦ ਕਰਕੇ ਤੁਸੀਂ ਇਹ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਸੀ? ਦੇਖੋ ਜੀ, ਇਸ ਤਰ੍ਹਾਂ ਹੈਗਾ ਕਿ ਜੇ ਕੌਮ ਦੇ ਵਿੱਚ ਇਸ ਤਰ੍ਹਾਂ ਦੇ ਵਿਵਾਦ ਖੜੇ ਹੁੰਦੇ ਨੇ ਤਾਂ ਕੌਮ ਦੀ ਹੇਠੀ ਹੁੰਦੀ ਹੈ, ਲੋਕ ਕਹਿੰਦੇ ਨੇ ਵੀ ਇਹ ਆਪਸ ਦੇ ਵਿੱਚ ਹੀ ਲੜਦੇ ਰਹਿੰਦੇ ਨੇ ਔਰ ਇਹਦੇ ਵਿੱਚ ਟਕਰਾਅ ਦੀ ਵੀ ਸੰਭਾਵਨਾ ਹੁੰਦੀ ਹੈ। ਪਹਿਲਾਂ ਇਹ ਸਾਰੀ ਗੱਲ ਜਿਹੜੀ ਇੱਕ ਵਾਰੀ ਟਕਰਾਅ ਹੋ ਵੀ ਚੁੱਕਿਆ, ਇਸ ਦੇ ਵਿੱਚ ਜਾਨਾਂ ਵੀ ਜਾ ਚੁੱਕੀਆਂ ਹਨ, ਤਾਂ ਅਸੀਂ ਨਹੀਂ ਚਾਹੁੰਦੇ ਕਿ ਇਸ ਮਸਲੇ ਦਾ, ਇਸ ਮਸਲੇ ਨੂੰ ਅਗਾਂਹ ਵਧਾਇਆ ਜਾਵੇ। ਅਸੀਂ ਚਾਹੁੰਦੇ ਹਾਂ ਸਾਰੇ ਕਿ ਇਸ ਨੂੰ ਰਲ ਮਿਲ ਕੇ ਨਜਿੱਠ ਲਿਆ ਜਾਵੇ ਤਾਂ ਕਿ ਅਗਾਂਹ ਝਗੜਾ ਨਾ ਵਧੇ। ਗੁਰਤੇਜ ਸਿੰਘ ਜੀ, ਤੁਸੀਂ ਦੇਖਿਆ ਹੋਣਾ ਕਿ ਜਿੱਥੇ ਅਸੀਂ ਝਗੜਿਆਂ ਦੀ ਗੱਲ ਕਰਦੇ ਹੈਗੇ ਕਿ ਕਿਤੇ ਨਾ ਕਿਤੇ ਬਾਬੇ ਢੱਡਰੀਆਂ ਵਾਲੇ ਦੇ ਖਿਲਾਫ ਵੀ ਵਿਰੋਧੀ ਧਿਰ ਖੜਾ ਹੋਇਆ, ਜਿਹੜਾ ਕਿ ਆਪਸੀ ਮਤਭੇਦ ਪੈਦਾ ਕਰਕੇ ਲੜਾਈਆਂ ਹੋ ਰਹੀਆਂ, ਪਰ ਤੁਸੀਂ ਕੀ ਸਮਝਦੇ ਵੀ ਕਿੰਨਾ ਕਾਰਨਾਂ ਕਰਕੇ ਜਿਹੜੀਆਂ ਲੜਾਈਆਂ ਇਹ ਹੋ ਰਹੀਆਂ ਨੇ? ਦੇਖੋ, ਲੜਾਈ ਤਾਂ ਇਹੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇੱਕ ਤਰ੍ਹਾਂ ਨਾਲ ਇੰਟਰਪ੍ਰੇਟ ਕਰਨਾ ਚਾਹੁੰਦੇ ਹੈ, ਉਹ ਇੱਕ ਸਤਾ ਦੇ ਉੱਤੇ ਸਮਝਦੇ ਨੇ ਅਤੇ ਦੂਸਰੇ ਦੂਸਰੀ ਸਤਾ ਦੇ ਉੱਤੇ ਸਮਝਦੇ ਨੇ। ਫਿਰ ਉਹਨਾਂ ਦੇ ਕੋਲ ਕੁਛ ਵਹਿਮ ਭਰਮ ਵੀ ਹਨ ਜਿਹੜੇ ਉਹਨਾਂ ਨੇ ਆਪਣੀ ਸਮੇਂ ਤੋਂ, ਆਪਣੀ ਸੰਪਰਦਾ ਤੋਂ ਸਿੱਖੇ ਨੇ, ਉਹਨਾਂ ਨੂੰ ਸਿੱਖੀ ਦੇ ਉੱਤੇ ਲਾਗੂ ਕਰ ਦਿੰਦੇ ਨੇ। ਦੂਸਰੇ ਹਨਗੇ ਜਿਹੜੇ ਕਹਿੰਦੇ ਆ ਵੀ ਇਹਨਾਂ ਨੂੰ ਛੱਡ ਦੇਣਾ ਚਾਹੀਦਾ, ਇਹੋ ਜਿਹੀ ਲੜਾਈ ਹੈ। ਇਹ ਗੁਰਬਾਣੀ ਜਿਹੜੀ ਹੁੰਦੀ ਹੈ ਇੱਕ ਸਤਾ ਦੇ ਉੱਤੇ ਨਹੀਂ ਲਿਖੀ ਜਾਂਦੀ, ਨਾ ਇਹ ਤੁਰਕੀ ਬਾਣੀ ਹੈ। ਇਸ ਨੂੰ ਜੇ ਤੁਸੀਂ ਸਮਝਣਾ ਹੈ ਤਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਲੈਵਲਸ ਹੁੰਦੇ ਆ ਜਿਨ੍ਹਾਂ ਦੇ ਉੱਤੇ ਸਮਝਣਾ ਪੈਂਦਾ, ਔਰ ਬਹੁਤ ਸਾਰੇ ਲੈਵਲਸ ਦੇ ਉੱਤੇ ਇਸ ਦਾ ਐਕਸਪ੍ਰੈਸ਼ਨ ਹੁੰਦਾ। ਸੋ ਇਹ ਉਹਨਾਂ ਨੂੰ, ਕਿਉਂਕਿ ਇਸ ਤਰ੍ਹਾਂ ਦੀ ਟ੍ਰੇਨਿੰਗ ਨਹੀਂ ਹੁੰਦੀ, ਉਹ ਸਮਝ ਨਹੀਂ ਸਕਦੇ, ਅਤੇ ਇਸ ਕਰਕੇ ਲੜਾਈਆਂ ਹੋ ਰਹੀਆਂ ਹਨ। ਅਸੀਂ ਚਾਹੁੰਦੇ ਹਾਂ ਵੀ ਇਹ ਲੜਾਈ ਜਿਹੜੀ ਹੈ ਇਸ ਤਰ੍ਹਾਂ ਦੀ ਨਾ ਹੋਵੇ।
ਤੁਸੀਂ ਦੇਖਿਆ ਹੋਣਾ ਕਿ ਕੁਝ ਗ੍ਰੰਥਾਂ ਨੂੰ ਲੈ ਕੇ ਹੀ ਆਪਸੀ ਮਤਭੇਦ ਪੈਦਾ ਹੋ ਰਹੇ ਨੇ, ਚਾਹੇ ਅਸੀਂ ਸੂਰਜ ਪ੍ਰਕਾਸ਼ ਦੀ ਗੱਲ ਦੀ ਕਰੀਏ, ਚਾਹੇ ਦਸ਼ਮ ਗ੍ਰੰਥ ਦੀ ਗੱਲ ਕਰੀਏ, ਉਹਨਾਂ ਨੂੰ ਲੈ ਕੇ ਨਿਹੰਗ ਸਿੰਘਾਂ ਵੱਲੋਂ ਠੋਕਵਾਂ ਜਵਾਬ ਦਿੱਤਾ ਜਾ ਰਿਹਾ ਹੈਗਾ, ਜਿੱਥੇ ਕਹੀਏ ਕਿ ਕਈ ਬੋਰੀ ਵਿੱਚ ਮਿਰਚਾਂ ਪਾ ਕੇ ਇੱਦਾਂ ਦੀਆਂ ਵੀ ਗੱਲਾਂ ਸਾਹਮਣੇ ਆ ਰਹੀਆਂ ਹੈਗੀਆਂ ਸਾਡੇ, ਪਰ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਪ੍ਰਕਾਸ਼ ਕੀਤੇ ਜਾ ਰਹੇ ਨੇ, ਚਾਹੇ ਸੂਰਜ ਪ੍ਰਕਾਸ਼ ਹੋਵੇ ਚਾਹੇ ਦਸ਼ਮ ਗ੍ਰੰਥ ਸਾਹਿਬ, ਅਤੇ ਉਹਨਾਂ ਦੇ ਵਿੱਚ ਵੀ ਰਲਗੱਡ ਹੋਈ ਹੈਗੀ ਆ, ਕਿ ਉਹਨਾਂ ਨੂੰ ਸੋਧ ਨਹੀਂ ਕਰਨਾ ਚਾਹੀਦਾ? ਦੇਖੋ, ਇਹ ਲੋਕ ਆਪਣੇ ਆਪ ਹੀ ਕਹਿੰਦੇ ਵੀ ਇਹਨਾਂ ਦੇ ਵਿੱਚ ਰਲਗੱਡ ਹੋਈ ਹੈ। ਗੱਲ ਦਰਅਸਲ ਰਲਗੱਡ ਦੀ ਨਹੀਂ ਹੈਗੀ, ਇਹਨਾਂ ਨੂੰ ਹਿਸਟੋਰੀਓਗ੍ਰਾਫੀ ਦੇ ਹਿਸਾਬ ਨਾਲ ਇਹਨਾਂ ਨੂੰ ਸਮਝਣਾ ਪੈਣਾ ਗ੍ਰੰਥਾਂ ਨੂੰ, ਕਿਉਂਕਿ ਜਿਸ ਵੇਲੇ ਸੂਰਜ ਪ੍ਰਕਾਸ਼ ਲਿਖਿਆ ਜਾ ਰਿਹਾ ਸੀਗਾ, ਉਹ ਜਿਹੜੇ ਭਾਈ ਸੰਤੋਖ ਸਿੰਘ ਸਨ ਜਿਹੜੇ ਇਸ ਦੇ ਲਿਖਣ ਵਾਲੇ, ਉਹਨਾਂ ਦੇ ਕੋਲੋਂ ਕਈ ਸਾਰੀਆਂ ਗੱਲਾਂ ਜ਼ਬਰਦਸਤੀ ਵੀ ਪਾਈਆਂ ਗਈਆਂ ਉਹਦੇ ਵਿੱਚ, ਉਹ ਤਾਂ ਰਲਾ ਹੋ ਸਕਦਾ। ਉਸ ਤੋਂ ਇਲਾਵਾ ਉਹ ਸੰਸਕ੍ਰਿਤ ਦੇ ਅਤੇ ਹਿੰਦੂ ਮਿਥਿਹਾਸ ਦੇ ਬਹੁਤ ਵੱਡੇ ਵਿਦਵਾਨ ਸਨ, ਉਹਨਾਂ ਨੇ ਕਈ ਸਾਰੀਆਂ ਪੁਸਤਕਾਂ ਇਹਨਾਂ ਦੀਆਂ ਧਾਰਮਿਕ ਰਮਾਇਣ ਦੇ ਸਮੇਤ ਉਹਨਾਂ ਨੇ ਟ੍ਰਾਂਸਲੇਟ ਵੀ ਕੀਤੀਆਂ ਸਨ ਪੰਜਾਬੀ ਦੇ ਵਿੱਚ। ਸੋ ਇਹ ਜਿਹੜਾ ਹੈਗਾ ਉਹਨਾਂ ਦੇ ਉਹਨਾਂ ਦਾ ਮਾਇੰਡ ਕਿਸ ਤਰ੍ਹਾਂ ਕੰਮ ਕਰ ਰਿਹਾ ਸੀ, ਉਸ ਦੇ ਉੱਤੇ ਵੀ ਡਿਪੈਂਡ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦੀਆਂ ਸਾਖੀਆਂ, ਕਿਸ ਤਰ੍ਹਾਂ ਦੀਆਂ ਗੱਲਾਂ ਸਿੱਖ ਧਰਮ ਦੇ ਵਿੱਚ ਉਹ ਲਿਖਣਗੇ। ਉਹ ਕਿਉਂਕਿ ਉਹ ਕੰਟੈਂਪਰੇਰੀ ਨਹੀਂ, ਹੁਣ ਮਾਈ ਭਾਗੋ ਦੇ ਕੰਟੈਂਪਰੇਰੀ ਨਹੀਂ ਹੈਗੇ, ਉਹ ਉਹਨਾਂ ਦਾ ਹਿਸਟੋਰੀਕਲ ਐਵੀਡੈਂਸ ਨਹੀਂ ਹੋ ਸਕਦਾ ਇਸ ਚੀਜ਼ ਦੇ ਉੱਤੇ। ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ। ਹਿਸਟੋਰੀਓਗ੍ਰਾਫੀ ਸਾਨੂੰ ਦੱਸਦੀ ਹੈ ਕਿ ਇਹਨਾਂ ਦੇ ਕੋਲ ਇਹਨਾਂ ਨੂੰ ਸਮਝ ਨਹੀਂ ਹੈਗੀ ਇਸ ਚੀਜ਼ ਦੀ ਕਿ ਜਿਹੜਾ ਮੌਕੇ ਦਾ ਗਵਾਹ ਹੈ ਉਹ ਤਾਂ ਗਵਾਹੀ ਦੇ ਸਕਦਾ ਹੈ, ਦੂਸਰਾ ਬੰਦਾ ਜਿਹੜਾ 100 ਸਾਲ ਬਾਅਦ ਆਉਂਦਾ ਹੈ ਉਸ ਦੀ ਗਵਾਹੀ ਨੂੰ ਗਵਾਹੀ ਨਹੀਂ ਮੰਨਿਆ ਜਾ ਸਕਦਾ, ਉਹਨੂੰ ਓਪੀਨੀਅਨ ਮੰਨਿਆ ਜਾਂਦਾ ਹੈ। ਸਾਨੂੰ ਓਪੀਨੀਅਨ ਉਸਦਾ ਭਾਈ ਸੰਤੋਖ ਸਿੰਘ ਦਾ ਇਸ ਮਸਲੇ ਦੇ ਉੱਤੇ ਮਨਜ਼ੂਰ ਨਹੀਂ, ਉਸਨੂੰ ਰੱਦ ਕਰ ਦਿਓ। ਇੱਕ ਧਿਰ ਕਹਿੰਦੀ ਹੈ ਰੱਦ ਕਰ ਦਿਓ, ਦੂਸਰੀ ਧਿਰ ਕਹਿੰਦੀ ਹੈ ਕਿ ਨਹੀਂ ਇਹ ਤਾਂ ਬੜਾ ਜੀ ਹਿਸਟੋਰੀਕਲ ਐਵੀਡੈਂਸ ਹੈ। ਇਸ ਦਾ ਮਤਲਬ ਹੈ ਕਿ ਦੂਸਰੀ ਧਿਰ ਨੂੰ ਇਹ ਨਹੀਂ ਪਤਾ ਕਿ ਇਸ ਨੂੰ ਸਮਝਣਾ ਕਿਸ ਤਰ੍ਹਾਂ, ਅਤੇ ਉਹ ਇਨ ਬਿਨ ਉਸ ਨੂੰ ਸੱਚ ਸਮਝ ਰਹੀ ਹੈ। ਸੋ ਇਹ ਜਿਹੜਾ ਹੈਗਾ ਇਹ ਮਸਲਾ ਸਮਝਦਾ ਹੈ, ਨਾ ਕਿ ਇਸ ਦਾ ਸੱਚ ਝੂਠ ਦਾ। ਅਤੇ ਗੌਰ ਕਰਦਿਆਂ ਹੋਏ ਆਪਣੇ ਵਿਚਾਰ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਪਰ ਤੁਸੀਂ ਦੇਖਿਆ ਹੋਣਾ ਕਿ ਅਕਾਲ ਤਖ਼ਤ ਸਾਹਿਬ ਤੋਂ ਵੀ 5 ਮੈਂਬਰੀ ਕਮੇਟੀ ਬਣਾਈ ਗਈ ਜਿਹੜੀ ਕਿ ਖੁੱਲ੍ਹਾ ਚੈਲੰਜ ਕੀਤਾ ਬਾਬੇ ਢੱਡਰੀਆਂ ਵਾਲੇ ਨੂੰ ਕਿ ਤੁਸੀਂ ਇੱਥੇ ਆ ਕੇ ਵਿਚਾਰ ਕਰੋ ਤੁਹਾਨੂੰ, ਪਰ ਜਿਹੜੇ ਰਣਜੀਤ ਸਿੰਘ ਢੱਡਰੀਆਂ ਵੱਲੋਂ ਕਹਿਣਾ ਹੈਗਾ ਕਿ ਜਿਹੜੀਆਂ ਤੁਸੀਂ 5 ਮੈਂਬਰੀ ਕਮੇਟੀ ਵਿੱਚ 5 ਮੈਂਬਰ ਰੱਖੇ ਨੇ ਉਹ ਉਹਨਾਂ 'ਤੇ ਸ਼ੰਕਾ ਹੈਗੀ ਆ ਕਿ ਉਹ ਕਿਤੇ ਪਹਿਲਾਂ ਵੀ ਵਿਚਾਰ ਕਰਦੇ ਉਹਨਾਂ 'ਤੇ ਸ਼ੰਕਾ ਜਿਹੜੀ ਸਾਹਮਣੇ ਆਈ ਹੈਗੀ ਆ, ਤਾਂ ਤੁਹਾਨੂੰ ਲੱਗਦਾ ਨਹੀਂ ਕਿ ਫਿਰ ਉਹਨਾਂ ਨੂੰ ਮੈਂਬਰ ਹੀ ਚੇਂਜ ਕਰ ਦੇਣੇ ਚਾਹੀਦੇ ਨੇ? ਦੇਖੋ, ਇਹ ਗੱਲ ਨਹੀਂ ਹੈ ਫਿਰ ਉਹ ਦੂਸਰੇ ਆ ਜਾਣਗੇ ਫਿਰ ਦੂਸਰਿਆਂ ਦੇ ਸ਼ੰਕਾ, ਇਹ ਨਹੀਂ ਗੱਲ ਹੈਗੀ। ਗੱਲ ਇਹ ਹੈਗੀ ਕਿ ਉਹਨਾਂ ਨੇ ਆਪਣੇ 5 ਮੈਂਬਰ ਦੇ ਤੇ, ਉਹਨਾਂ ਨੂੰ ਚਾਹੀਦਾ ਨਹੀਂ ਸੀ, ਉਹਨਾਂ ਨੂੰ ਕੰਸਲਟ ਕਰਨਾ ਚਾਹੀਦਾ ਸੀਗਾ, ਇਹਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਸੀ ਵੀ ਕਿਸ ਤਰ੍ਹਾਂ ਦੇ ਮੈਂਬਰ ਸਾਂਝੇ ਮੈਂਬਰਸ ਹੋਣੇ ਚਾਹੀਦੇ ਸੀਗੇ। ਇਹ ਜਿਹੜੇ 5 ਮੈਂਬਰ ਇਹਨਾਂ ਦੇ ਦਿੱਤੇ ਨੇ ਉਹ ਤਾਂ ਉਹਨਾਂ ਦੇ ਮੈਂਬਰਸ ਹੋ ਗਏ, ਹੁਣ ਉਹਨਾਂ ਦੇ ਕੋਲ ਦੂਸਰਾ ਪੱਖ ਕਿਸ ਤਰ੍ਹਾਂ ਪੇਸ਼ ਹੋ ਸਕਦਾ? ਸੋ ਅਸੀਂ ਲੋਕਾਂ ਨੇ ਇਹ ਸੁਜੈਸਟ ਕੀਤਾ ਵੀ ਭਾਈ ਤੁਸੀਂ 5 ਮੈਂਬਰ ਆਪਣੇ ਦੇ ਦਿਓ, ਉਹ ਇਹ ਤੁਹਾਡੀ ਗੱਲ ਕਰਨ, ਤੁਹਾਡੇ ਵੀ ਕਈ ਸਵਾਲ ਹਨਗੇ, ਤੁਸੀਂ ਉਹਨਾਂ ਕੋਲੋਂ ਆਪਣੇ ਸਵਾਲ ਪੁੱਛੋ ਅਤੇ ਉਹ ਤੁਹਾਡੇ ਕੋਲੋਂ ਉਹਨਾਂ ਦੇ ਸਵਾਲ ਪੁੱਛਣਗੇ, ਅਤੇ ਉਹਨਾਂ ਦੋਨਾਂ ਨੂੰ ਰਲਾ ਮਿਲਾ ਕੇ ਅਤੇ ਫਿਰ ਤੁਸੀਂ ਆਪਣਾ ਕੋਈ ਨਿਰਣਾ ਕਰੋ। ਔਰ ਇਹ ਐਨ ਸੰਭਵ ਹੈ ਕਿਉਂਕਿ ਅੱਜ ਕੱਲ੍ਹ ਸਾਰੇ ਕੋਲ ਸੋਸ਼ਲ ਮੀਡੀਆ ਅਤੇ ਰਿਕਾਰਡਿੰਗ ਦਾ ਇੰਤਜ਼ਾਮ ਹਰ ਜਗ੍ਹਾ ਦੇ ਉੱਤੇ ਹੈ, ਔਰ ਉਸ ਨੂੰ ਲੋਕਾਂ ਦੇ ਵਿੱਚ ਵੀ ਨਸ਼ਰ ਕਰੋ ਤਾਂ ਕਿ ਲੋਕ ਜਾਣਨ ਕਿ ਕਿਹੜਾ ਸੱਚ ਦੇ ਉੱਤੇ ਖੜ੍ਹਾ, ਕਿਹੜਾ ਝੂਠ ਦੇ ਉੱਤੇ ਖੜ੍ਹਾ, ਅਤੇ ਕੀ ਝਗੜਾ ਹੈ ਅਤੇ ਕਿਸ ਤਰ੍ਹਾਂ ਇਹਨੂੰ ਨਿਬੇੜਨਾ ਹੈ। ਇਹ ਸਾਡਾ ਕੰਮ ਹੈ ਸਾਰੀ ਕੌਮ ਦਾ ਕਿ ਅਸੀਂ ਕਿਹਨੂੰ ਠੀਕ ਸਮਝਦੇ ਹਾਂ, ਕਿਹਨੂੰ ਗਲਤ ਸਮਝਦੇ ਹਾਂ। ਅਸੀਂ ਸਮਝਦੇ ਹਾਂ ਕਿ ਕੌਮ ਦੇ ਵਿੱਚ ਇਸ ਵੇਲੇ ਜਿਹੜਾ ਇਹ ਲੜਾਈ ਦਾ ਮਾਹੌਲ ਕ੍ਰੀਏਟ ਕਰਕੇ ਅਤੇ ਨਿਰਾਸ਼ਤਾ ਫੈਲਾਈ ਜਾ ਰਹੀ ਹੈ, ਇਹ ਕੌਮ ਦੇ ਹੱਕ ਦੇ ਵਿੱਚ ਨਹੀਂ, ਇਸ ਨੂੰ ਤੁਰੰਤ ਬੰਦ ਕਰਨਾ ਚਾਹੀਦਾ। ਤੁਹਾਨੂੰ ਲੱਗਦਾ ਨਹੀਂ ਕਿ ਉਸ
ਪੰਜ ਮੈਂਬਰੀ ਕਮੇਟੀ ਨੂੰ ਉਹ ਗ੍ਰੰਥਾਂ 'ਤੇ ਵੀ ਵਿਚਾਰ ਕਰਨੀ ਚਾਹੀਦੀ, ਉਹਨਾਂ ਨੂੰ ਵੀ ਸੋਧ ਕਰਨਾ ਚਾਹੀਦਾ ਜਿਹਦੇ ਵਿੱਚ ਮਿਲਾਵਟ ਹੋਈ ਹੈ, ਜਿਹਦਾ ਤਾਂ ਅੱਜ ਤੁਸੀਂ ਦੇਖੋ ਕਿ ਇੱਕ ਢੱਡੀਆਂ ਵਾਲੇ ਪੈਦੇ ਹੋਏ, ਕੱਲ੍ਹ ਨੂੰ ਕਿਤੇ ਹੋਰ ਢੱਡੀਆਂ ਵਾਲੇ ਨਾ ਪੈਦਾ ਹੋ ਜਾਣ ਜੇ ਸਾਡੇ ਗ੍ਰੰਥਾਂ ਦੇ ਵਿੱਚ ਵੀ ਮਿਲਾਵਟ ਰਹੀ ਤਾਂ। ਨਹੀਂ ਬੀਬਾ, ਗ੍ਰੰਥਾਂ ਦੇ ਵਿੱਚ ਮਿਲਾਵਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਜੋ ਕੁਛ ਕਿਸੇ ਨੇ ਲਿਖਤਾ ਉਹ ਮਿਲਾਵਟੀ ਹੈ। ਕਿਸੇ ਨੇ ਕੁਛ ਲਿਖਿਆ, ਉਸ ਨੂੰ ਸਮਝਣ ਦੀ ਲੋੜ ਹੈ ਵੀ ਕਿਉਂ ਲਿਖਿਆ ਉਸਨੇ। ਜੇ ਹੁਣ ਫਰਜ਼ ਕਰੋ ਅੱਜ ਕੋਈ ਟਕਸਾਲ ਦਾ ਮੈਂਬਰ ਉੱਠ ਕੇ ਕੋਈ ਇੰਸੀਡੈਂਟ ਦੇ ਬਾਰੇ ਲਿਖਦਾ ਹੈ, ਤਾਂ ਜਿਹੜਾ ਇਤਿਹਾਸਕਾਰ ਹੈ ਉਸਨੂੰ ਨਿਰਣਾ ਕਰਨਾ ਪਏਗਾ ਵੀ ਇਹ ਕਿਹਦਾ ਮੈਂਬਰ ਸੀ, ਇਸ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਸੀ, ਇਹ ਕਿਸ ਤਰ੍ਹਾਂ ਦੀ ਗੱਲ ਕਰਨਾ ਚਾਹੁੰਦਾ ਸੀ, ਕੀ ਇਸ ਦੇ ਪਹਿਲਾਂ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਆਇਆ, ਉਹਨਾਂ ਦੇ ਉੱਤੇ ਨਿਰਣਾ ਹੋਏਗਾ ਉਹ ਠੀਕ ਕਰੇ ਗਲਤ ਕਰਿਆ। ਇਸ ਰੋਜ਼ ਦੀ ਰੋਜ਼ ਕੋਰਟਸ ਦੇ ਵਿੱਚ ਲੋਕ ਇਹੀ ਕਰਦੇ ਨੇ, ਸਾਰੇ ਜੱਜ ਇਸੇ ਦੇ ਉੱਤੇ ਆਪਣੀ ਜਸਟਿਸ ਕਰਦੇ ਨੇ ਅਤੇ ਇਸੇ ਦੇ ਉੱਤੇ ਜੱਜਮੈਂਟਸ ਲਿਖੀਆਂ ਜਾਂਦੀਆਂ। ਇਹ ਸਾਰੇ ਸੰਸਾਰ ਦੇ ਉੱਤੇ ਪ੍ਰਚਲਿਤ ਸਿਸਟਮ ਹੈ, ਇੱਥੇ ਵੀ ਇਹੀ ਚਲਾਉਣਾ ਚਾਹੀਦਾ। ਤੁਸੀਂ ਦੇਖਿਆ ਹੋਣਾ ਕਿ ਬਾਬੇ ਢੱਡਰੀਆਂ ਵਾਲੇ ਵੱਲੋਂ ਵੀ ਕਈ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਹੈਗਾ, ਉਹ ਇੱਕ ਗੱਲ ਰੱਖੀ ਗਈ ਸੀ ਕਿ ਜੋ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੇ ਆਓ, ਇਹਦੇ 'ਤੇ ਹੀ ਬੜਾ ਵਿਵਾਦ ਉੱਠਿਆ ਹੈਗਾ ਕਿ ਉਹਨਾਂ ਨੇ ਮਰਨ ਕਬੂਲਣਾ ਨੂੰ ਸਿਰ ਤਲ ਤਰ ਜਿਹੜੇ ਆਪਾਂ ਧਰ ਦੀ ਗੱਲ ਕਰਦੇ ਹਾਂ ਕਿ ਵੀ ਸਿਰ ਜਿਹੜਾ ਤਲੀ 'ਤੇ ਰੱਖ ਕੇ ਉਹਨਾਂ ਨੇ ਬੋਲਿਆ ਕਿ ਬਾਬਾ ਦੀਪ ਸਿੰਘ ਜੀ ਨੇ ਵੀ ਸਿਰ ਤਲੀ 'ਤੇ ਨਹੀਂ ਸੀ ਦੇਖਿਆ, ਉਹਨਾਂ ਨੇ ਮਰਨ ਕਬੂਲਿਆ ਸੀਗਾ, ਇਹਦੇ ਵਿੱਚ ਕਿੰਨੀ ਕੁ ਸੱਚਾਈ ਲੱਗਦੀ ਹੈਗੀ? ਦੇਖੋ ਗੱਲ ਇਹ ਹੈਗੀ ਕਿ ਇਹ ਸਾਰੀਆਂ ਗੱਲਾਂ ਬੈਠ ਕੇ ਕਰਨ ਵਾਲੀਆਂ ਨੇ। ਸਿਰ ਤਲੀ 'ਤੇ ਰੱਖਣਾ ਇੱਕ ਫਿਕਰਾ ਹੈ, ਸਿਰ ਤਲੀ 'ਤੇ ਰੱਖਣਾ ਇੱਕ ਤਰ੍ਹਾਂ ਦੀ ਇਹ ਕਹਿਣ ਦਾ ਤਰੀਕਾ ਹੈ। ਉਸ ਦਾ ਮਤਲਬ ਇਹੀ ਹੁੰਦਾ ਹੈ ਜੋ ਗੁਰੂ ਸਾਹਿਬ ਨੇ ਜੋ ਜਿੱਥੇ ਫਰਮਾਇਆ ਕਿ ਜੇ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ, ਤਾਂ ਇਸ ਦਾ ਮਤਲਬ ਇਹੀ ਹੁੰਦਾ ਹੈ ਕਿ ਤੁਸੀਂ ਮਰਨ ਵਾਸਤੇ ਆਪਣੇ ਤਿਆਰ ਰਹੋ, ਕਿਉਂਕਿ ਹਰ ਇੱਕ ਚੀਜ਼ ਦਾ ਅਲਟੀਮੇਟ ਟੈਸਟ ਸੱਚ ਦਾ ਇਹੀ ਹੁੰਦਾ ਹੈ ਕਿ ਕੋਈ ਉਹਦੇ ਵਾਸਤੇ ਮਰਨ ਨੂੰ ਤਿਆਰ ਹੈ ਜਾਂ ਨਹੀਂ। ਤਾਂ ਇਹਦੇ ਉੱਤੇ ਬਹੁਤੀ ਡਿਫਰੈਂਸ ਦੀ ਗੱਲ ਨਹੀਂ ਹੈ, ਇਸ ਨੂੰ ਲਿਟਰਲੀ ਜਿਹੜੇ ਲੈਂਦੇ ਆ ਉਹ ਥੋੜ੍ਹਾ ਜਿਹਾ ਮੇਰੇ ਖਿਆਲ 'ਚ ਗਲਤੀ ਦੇ ਉੱਤੇ ਹਨ, ਲੇਕਿਨ ਇਸ ਨੂੰ ਵੀ ਆਪਸ ਦੇ ਵਿੱਚ ਗੱਲ ਕਰਕੇ ਨਿਬੇੜਿਆ ਜਾ ਸਕਦਾ। ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਦੇਖੋ ਸ਼ਹੀਦੀ ਹੋਈ ਹੈ, ਉਹਨਾਂ ਨੂੰ ਕੋਈ ਤਲੀ ਦੇ ਉੱਤੇ ਸਿਰ ਥੋੜ੍ਹਾ ਰੱਖਿਆ ਸੀਗਾ, ਉਹ ਤਾਂ ਸ਼ਹਾਦਤ ਦਿੱਤੀ ਹੈ ਸਾਰੀ ਦੁਨੀਆ ਦੇ ਸਾਹਮਣੇ, ਇਸੇ ਨੂੰ ਸਿਰ ਤਲੀ 'ਤੇ ਰੱਖਣਾ ਕਹਿੰਦੇ ਨੇ। ਕਿ ਭਾਈ ਢੱਡਰੀਆਂ ਵਾਲੇ ਜੀ ਹੁਣ ਬੈਠ ਕੇ ਵਿਚਾਰ ਕਰਨ ਲਈ ਤਿਆਰ ਨਹੀਂ ਹੈਗੇ, ਤੇ ਫਿਰ ਸਭ ਤੋਂ ਵੱਡਾ ਹੱਲ ਕੀ ਦਿਸਦਾ ਨਾਲ ਵਿਚਾਰ ਕਰਨ? ਬੀਬਾ ਬੈਠ ਕੇ ਕਿਹਦੇ ਨਾਲ ਵਿਚਾਰ ਕਰਨ? ਜਿਹੜੇ ਤਾਂ ਉਹਨਾਂ ਦੇ ਆਉਂਦੇ ਆ ਉਹ ਲੋਕ ਤਾਂ ਇਸ ਤਰ੍ਹਾਂ ਦੇ ਹੈ ਨਹੀਂ ਵੀ ਉਹਨਾਂ ਦੇ ਨਾਲ ਵਿਚਾਰ ਕੀਤੀ ਜਾ ਸਕੇ। ਇਹਨਾਂ ਦੇ ਵਿੱਚੋਂ ਕੁਛ ਲੋਕ ਹਨਗੇ ਜਿਨ੍ਹਾਂ ਨੂੰ ਅਸੀਂ ਜਰਮਨੀ ਦੇ ਵਿੱਚ ਮਿਲੇ ਸੀਗੇ, ਇਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਸੀਗਾ, ਇਹ ਸਾਰੀਆਂ ਗੱਲਾਂ ਕਈ ਸਾਰੀਆਂ ਗੱਲਾਂ ਦੇ ਉੱਤੇ ਸਹਿਮਤ ਹੋ ਗਏ ਸੀ ਅਤੇ ਫਿਰ ਅਗਲੇ ਦਿਨ ਮੀਟਿੰਗ ਦੇ ਵਿੱਚ ਹੀ ਨਹੀਂ ਆਏ। ਉੱਥੋਂ ਜਰਮਨੀ ਸਾਰਿਆਂ ਨੂੰ ਬੁਲਾ ਕੇ ਔਰ ਸਾਰਾ ਕੁਛ ਤੈਅ ਕਰਕੇ, ਮੀਟਿੰਗਸ ਤੈਅ ਕਰਕੇ, ਪ੍ਰੈਸ ਵਾਲੇ ਅਤੇ ਉਹ ਸਾਰਾ ਰਿਕਾਰਡਿੰਗ ਸਿਸਟਮ ਹਾਲ ਕਿਰਾਏ 'ਤੇ ਲਿਆ, ਲੇਕਿਨ ਆ ਪਹੁੰਚੇ ਨਹੀਂ ਵਿਦੇਸ਼ ਦੇ ਵਿੱਚ ਜਾ ਕੇ ਵੀ। ਅਤੇ ਇਹੋ ਜਿਹੇ ਲੋਕਾਂ ਦੇ ਉੱਤੇ ਤੁਸੀਂ ਕਿੰਨਾ ਕੁ ਰਿਲਾਈ ਕਰ ਸਕਦੇ ਹੋ? ਫਿਰ ਇੱਕ ਧਿਰ ਦੇ ਆਦਮੀ ਨੇ, ਜੇ ਇੱਕ ਧਿਰ ਨੇ ਨੋਮੀਨੇਟ ਕੀਤਾ ਤਾਂ ਫਿਰ ਦੂਸਰਾ ਕਿਉਂ ਉਹਨਾਂ ਦੀ ਗੁਲਾਮੀ ਕਰੇ? ਇਹ ਥੋੜ੍ਹਾ ਜਿਹਾ ਮੁਸ਼ਕਿਲ ਜਿਹਾ ਹੀ ਹੁੰਦਾ। ਸਭ ਤੋਂ ਵੱਡਾ ਹੱਲ ਕੀ ਲੱਭਣਾ ਚਾਹੀਦਾ ਫਿਰ ਸਾਨੂੰ? ਇਹੋ ਹੀ ਹੱਲ ਹੈ ਵੀ ਉਹ ਆਪਣੇ ਸਵਾਲ ਇਹਨਾਂ ਨੂੰ ਪੁੱਛ ਲੈਣ, ਇਹ ਆਪਣੇ ਸਵਾਲ ਪੁੱਛ ਲੈਣ, ਅਤੇ ਜਾਂ ਤਾਂ ਉਹ ਕਰ ਲੈਣ ਰਿਕਾਰਡ ਕਰਕੇ ਇੱਕ ਦੂਸਰੇ ਨੂੰ ਦੇ ਦੇਣ ਜਾਂ ਲਿਖ ਕੇ ਦੇ ਦੇਣ ਅਤੇ ਉਹਨਾਂ ਦਾ ਜਵਾਬ ਲੈ ਲੈਣ, ਅਤੇ ਫਿਰ ਜੋ ਵੀ ਉਹਦਾ ਸਾਰੀ ਕੌਮ ਦੇ ਸਾਹਮਣੇ ਰੱਖਣ, ਜੋ ਵੀ ਕੌਮ ਸਮਝਦੀ ਹੈ ਠੀਕ ਉਹਨਾਂ ਨੂੰ ਪ੍ਰਵਾਨ ਕਰ ਲਏਗੀ।
ਨਾ ਕਿ ਕਈ ਵਾਰ ਸੋਸ਼ਲ ਮੀਡੀਆ 'ਤੇ ਵੀ ਬੜੀਆਂ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਵੀਡੀਓ ਵਾਇਰਲ ਕੀਤੀਆਂ ਜਾਂਦੀਆਂ ਨੇ ਕਿ ਉਹਨਾਂ ਦਾ ਕਹਿਣਾ ਕਿ ਜਿਹੜਾ ਵੀ ਮੇਰੇ ਨਾਲ ਵਿਚਾਰ ਕਰਨ ਲਈ ਬੈਠਣ ਦੀ ਗੱਲ ਕਰ ਰਿਹਾ ਕਿ ਮੈਨੂੰ ਖੁੱਲ੍ਹਾ ਚੈਲੰਜ ਕਰ ਰਿਹਾ, ਪਰ ਉਹਨਾਂ ਦੇ ਵਿੱਚ ਐਟੀਟਿਊਡ ਬਹੁਤ ਆ ਕਿਉਂਕਿ ਉਹ ਆਪਣੇ ਤਰੀਕੇ ਨਾਲ ਗੱਲ ਰੱਖ ਰਹੇ ਨੇ ਅਤੇ ਮੇਰੀ ਨਹੀਂ ਸੁਣ ਰਹੇ। ਵੀ ਭਾਅ ਇਸ ਤਰ੍ਹਾਂ ਹੀ ਹੁੰਦਾ ਨਾ, ਹਰ ਇੱਕ ਆਦਮੀ ਆਪਣੇ ਤੌਰ 'ਤੇ ਹੀ ਆਪਣੇ ਤਰੀਕੇ ਨਾਲ ਹੀ ਗੱਲ ਕਰਦਾ, ਨਾਲੇ ਜਿਹੜਾ ਵਾਇਰਲ ਤਾਂ ਉਹਨਾਂ ਨੇ ਕੀ ਕਰਨਾ, ਉਹ ਤਾਂ ਆਪਣੀ ਗੱਲ ਕਹਿੰਦੇ ਨੇ। ਵਾਇਰਲ ਤਾਂ ਦੇਖਣ ਵਾਲੇ ਕਰਦੇ ਆ, ਜਿਹੜੇ ਲੋਕ ਉਹਨਾਂ ਨੂੰ ਪਸੰਦ ਕਰਦੇ ਆ ਉਹਨਾਂ ਦੇ ਕਾਫੀ ਲੋਕ ਸੁਣਦੇ ਨੇ ਉਹਨਾਂ ਦੀਆਂ ਗੱਲਾਂ, ਉਹਨਾਂ ਨੂੰ ਧਰਮ ਦੀ ਸਿੱਖਿਆ ਲੈਂਦੇ ਨੇ, ਕਿੰਨੇ ਕੁ ਉਹ ਸਿਆਣੇ ਨੇ ਕਿੰਨੇ ਕੁ ਕਿਸ ਤਰ੍ਹਾਂ, ਉਹ ਵੱਖਰੀ ਗੱਲ ਹੈ। ਲੇਕਿਨ ਉਹ ਵਾਇਰਲ ਤਾਂ ਉਹ ਲੋਕ ਕਰਦੇ ਆ। ਸੋ ਇਹ ਜਿਹੜਾ ਹੈਗਾ, ਉਹਨਾਂ ਨੇ ਆਪਣੀ ਗੱਲ ਕਹਿਤੀ, ਤੁਹਾਨੂੰ ਉਹਦੇ ਵਿੱਚ ਕੁਛ ਇਤਰਾਜ਼ ਲੱਗਦੇ ਨੇ, ਤੁਸੀਂ ਉਹਨਾਂ ਇਤਰਾਜ਼ ਲਿਖ ਕੇ ਉਹਨਾਂ ਨੂੰ ਦਿਓ ਅਤੇ ਕਹੋ ਜੀ ਅਸੀਂ ਆਹ ਇਤਰਾਜ਼ ਹਨਗੇ ਅਤੇ ਇਹਨਾਂ ਦਾ ਜਵਾਬ ਦਿਓ। ਉਹ ਜਿਸ ਤਰ੍ਹਾਂ ਤੁਸੀਂ 5 ਮੈਂਬਰੀ ਕਮੇਟੀ ਬਣਾਉਣ ਤੋਂ ਬਿਨਾਂ ਹੀ ਕਰ ਸਕਦੇ ਸੀ, ਇਹ ਸਾਰਾ ਕੁਛ ਸਵਾਲ ਬਣਾਏ ਜਾ ਸਕਦੇ ਸੀ। ਅਸੀਂ ਇੱਕ ਵਾਰੀ ਚੈਲੰਜ ਕੀਤਾ ਸੀ ਉਸ ਨੂੰ ਪਿਸ਼ੌਰਾ ਸਿੰਘ ਨੂੰ ਅਤੇ ਜਾਂ ਉਹਨੂੰ ਦੂਸਰੇ ਨੂੰ ਪ੍ਰੀਤਮ ਸਿੰਘ ਹੁੰਦੇ ਸੀਗੇ, ਪ੍ਰੀਤਮ ਸਿੰਘ ਨਹੀਂ ਸੀ ਉਹਨਾਂ ਦਾ ਨਾਂ, ਪਿਆਰ ਸਿੰਘ, ਡਾਕਟਰ ਪਿਆਰ ਸਿੰਘ ਨੂੰ ਚੈਲੰਜ ਕੀਤਾ ਸੀਗਾ। ਅਸੀਂ ਉਹਨਾਂ ਨੂੰ ਉਹਨਾਂ ਦੀ ਕਿਤਾਬ ਦੇ ਵਿੱਚੋਂ 7 ਸਵਾਲ ਬਣਾ ਕੇ ਦੇ ਦਿੱਤੇ ਸੀ ਵੀ ਆਹ ਤੁਸੀਂ ਕਿਹਾ ਔਰ ਇਸ ਤਰ੍ਹਾਂ ਅਸੀਂ ਇਸ ਨੂੰ ਗਲਤ ਸਮਝਦੇ ਹਾਂ, ਤੁਸੀਂ ਇਹਦਾ ਜਵਾਬ ਦਿਓ। ਸੋ ਇਸ ਸਿਸਟਮ ਹੋਣਾ ਚਾਹੀਦਾ ਸੀ ਜਾਂ ਰਿਕਾਰਡ ਕਰਕੇ ਇੱਕ ਦੂਸਰੇ, ਹੁਣ ਇਹ ਵਾਰ ਵਾਰ ਇਹੀ ਗੱਲ ਤਾਂ ਕਹਿਣ ਦੀ ਲੋੜ ਨਹੀਂ, ਹੁਣ ਹੁਣੇ ਹੀ ਜਿਹੜੇ 2-3 ਸੁਜੈਸ਼ਨਸ ਹੈਗੇ ਵੀ ਕਿਸ ਤਰ੍ਹਾਂ ਮਸਲਾ ਰਿਜ਼ੋਲਵ ਹੋ ਸਕਦਾ ਸੀ ਦੱਸ ਚੁੱਕੇ ਹਾਂ ਸਾਰੇ। ਗ੍ਰੰਥਾਂ ਨੂੰ ਲੈ ਕੇ ਆਪਸੀ ਮਤਭੇਦ ਜ਼ਿਆਦਾ ਖੜੇ ਹੋ ਰਹੇ ਨੇ, ਤੁਹਾਨੂੰ ਲੱਗਦਾ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਗ੍ਹਾ 'ਤੇ ਕੋਈ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋਣਾ ਚਾਹੀਦਾ? ਇਹਦੇ ਵਿੱਚ ਕੀ ਸ਼ੱਕ ਹੈ, ਇਹ ਤਾਂ ਸਿੱਖ ਰਹਿਤ ਦੇ ਵਿੱਚ ਲਿਖਿਆ ਹੋਇਆ ਜਾਂ ਗੁਰੂ ਦਾ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸ ਚੀਜ਼ ਦਾ ਪ੍ਰਕਾਸ਼ ਹੋ ਸਕਦਾ? ਦੇਖੋ ਇਹ ਜਿਹੜਾ ਹੈਗਾ, ਤੁਸੀਂ ਕਿਸੇ ਦਫ਼ਤਰ ਦੇ ਵਿੱਚ ਚਲੇ ਜਾਓ, ਨਾਇਬ ਤਹਿਸੀਲਦਾਰ ਕੋਈ ਕਾਨੂੰ ਗੋ ਦੀ ਕੁਰਸੀ ਦੇ ਨਾਲ ਤੁਸੀਂ ਕੁਰਸੀ ਡਾਹ ਕੇ ਵੇਖ ਲਓ ਤੁਹਾਨੂੰ ਕਿਸ ਤਰ੍ਹਾਂ ਉਹ ਦਫ਼ਤਰ 'ਚੋਂ 1 ਮਿੰਟ ਦੇ ਵਿੱਚ ਕੱਢ ਦੇਣ। ਇਹ ਜਿੱਥੇ ਨਿਸ਼ਾਨਸ਼ਾਹੀ ਗੁਰੂ ਗ੍ਰੰਥ ਸਾਹਿਬ ਦੀ ਹੈ ਉਸਦੇ ਨੇੜੇ ਚੜੇ ਦੂਸਰਾ ਫਟਕ ਨਹੀਂ ਸਕਦਾ। ਪਰਮਪਾਲ ਜੀ, ਤੁਸੀਂ ਦੇਖਿਆ ਹੋਣਾ ਕਿ ਜਿਹੜਾ ਅਕਾਲ ਤਖ਼ਤ ਸਾਹਿਬ ਦੀ ਅਸੀਂ ਗੱਲ ਕਰਦੇ ਹਾਂ, ਕਿਤੇ ਨਾ ਕਿਤੇ ਕੌਮ ਦਾ ਕੇਂਦਰੀ ਧੁਰਾ ਕਿਹਾ ਜਾਂਦਾ ਹੈਗਾ, ਪਰ ਉੱਥੇ ਉਹਨਾਂ ਦੇ ਜਿਹੜੇ ਜਥੇਦਾਰ ਹੁੰਦੇ ਸੀ ਉਹ ਕਿਤੇ ਨਾ ਕਿਤੇ ਸਿਆਸੀ ਹੱਥ ਤਰ੍ਹਾਂ ਦੇ ਠੋਕੇ ਬਣ ਕੇ ਰਹਿ ਜਾਂਦੇ ਸੀ, ਲਿਫਾਫਿਆਂ ਵਿੱਚੋਂ ਨਿਕਲੇ ਜਾਂਦੇ ਸੀ। ਪਰ ਤੁਸੀਂ ਦੇਖਿਆ ਹੋਣਾ ਕਿ ਜਿੱਥੋਂ ਤੱਕ ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਗੱਲ ਕਰੀਏ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਵਿੱਚ ਬਹੁਤ ਵਧੀਆ ਜਿਹੜਾ ਕੰਮ ਕੀਤਾ ਹੈਗਾ ਅਤੇ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਸਮਝ ਰਹੇ ਹੈਗੇ ਨੇ, ਉਸ 'ਤੇ ਤੁਸੀਂ ਕੀ ਕਹੋ? ਦੇਖੋ ਇਹ ਕੌਮ ਲਈ ਬੜੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਜਿਹੜੇ ਪਿਛਲੇ ਦਿਨਾਂ 'ਚ ਉਹਨਾਂ ਦੇ ਬਿਆਨ ਆਏ ਨੇ ਅਖਬਾਰਾਂ ਦੇ ਰਾਹੀਂ, ਮੀਡੀਆ ਦੇ ਰਾਹੀਂ ਜਿਹੜੀ ਗੱਲ ਸਮਝ ਪਈ ਜਾਂ 550 ਸਾਲਾਂ ਦੇ ਉੱਤੇ ਜਿਹੜੇ ਉਹਨਾਂ ਨੇ ਸਟੇਜ 'ਤੇ ਕਾਨਫਰੰਸਿਸ ਦੇ ਵਿੱਚ ਗੱਲ ਕਹੀ ਹੈ ਉਹ ਬਹੁਤ ਮਹੱਤਵਪੂਰਨ ਹੈ। ਸਭ ਤੋਂ ਪਹਿਲੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ, ਭਾਵੇਂ ਟਕਸਾਲ ਦੀ ਸਟੇਜ ਹੋਵੇ, ਭਾਵੇਂ ਮਿਸਤਰੀਆਂ ਦੀ ਹੋਵੇ, ਭਾਵੇਂ ਸ਼੍ਰੋਮਣੀ ਕਮੇਟੀ ਦੀ ਹੋਵੇ, ਉਹਨਾਂ ਨੇ ਕਿਹਾ ਵੀ ਕੌਮੀ ਏਕਤਾ ਦੀ ਬਹੁਤ ਵੱਡੀ ਲੋੜ ਹੈ। ਲੰਬੇ ਸਮੇਂ ਤੋਂ ਜਿਹੜੇ ਜਥੇਦਾਰ ਸੀਗੇ ਉਹ ਭਾਵੇਂ ਕੌਮ ਦਾ ਖਾ ਕੇ ਸਰਕਾਰਾਂ ਨਾਲ ਯਾਰੀਆਂ ਨਿਭਾਉਂਦੇ ਸੀਗੇ, ਜਿਹਦੀ ਵਜ੍ਹਾ ਕਰਕੇ ਉਹਨਾਂ ਜਥੇਦਾਰਾਂ ਨੂੰ ਖੁੱਡੇ ਲਾਈਨ ਲੱਗਣਾ ਪਿਆ, ਪੰਥ ਨੇ ਉਹਨਾਂ ਤੋਂ ਮੁੱਖ ਮੋੜ ਲਿਆ। ਸੋ ਪਰ ਇਹ ਖੁਸ਼ਕਿਸਮਤੀ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਕੌਮ ਨੂੰ ਇੱਕ ਚੰਗਾ ਜਥੇਦਾਰ ਉਹਨਾਂ ਦੇ ਰੂਪ 'ਚ ਮਿਲਿਆ ਹੈ ਕਿ ਉਹ ਅੱਜ ਕੌਮ ਦੀ ਏਕਤਾ ਦੀ ਗੱਲ ਕਰ ਰਹੇ ਨੇ। ਸੋ ਉਹਨਾਂ ਨੇ ਜਿੰਨੇ ਮੁੱਦੇ ਉਠਾਏ ਨੇ ਉਹ ਬਹੁਤ ਵਧੀਆ ਨੇ ਔਰ ਅਸੀਂ ਇਸ ਗੱਲ ਲਈ ਬੜੀ ਖੁਸ਼ਕਿਸਮਤੀ ਦੇ ਨਾਲ ਆਸਵੰਦ ਹਾਂ ਕਿ ਜਿਹੜੇ ਬਿਆਨ ਉਹਨਾਂ ਨੇ ਦਿੱਤੇ ਨੇ ਉਹਨਾਂ ਮੁਤਾਬਕ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਕੰਮ ਹੋਏਗਾ, ਅਕਾਲ ਤਖ਼ਤ ਸਾਹਿਬ ਕੌਮ ਦੇ ਮਸਲਿਆਂ ਦੇ ਹੱਲ ਲਈ ਜਦੋਂ ਕੰਮ ਕਰੇਗਾ ਤਾਂ ਮੈਨੂੰ ਲੱਗਦਾ ਕਿ ਸਾਡੀ ਕੌਮ ਦਾ ਇੱਕ ਸੁਨਹਿਰੀ ਭਵਿੱਖ ਹੋਣ ਦੇ ਆਸਾਰ ਜਿਹੜੇ ਨਜ਼ਰ ਆ ਰਹੇ। ਤੁਸੀਂ ਦੇਖਿਆ ਹੋਣਾ ਕਿ ਅਕਾਲ ਤਖ਼ਤ ਸਾਹਿਬ ਤੋਂ ਜਦੋਂ ਵੀ ਹੁਕਮਨਾਮਾ ਕੋਈ ਜਾਰੀ ਹੁੰਦਾ ਸੀ ਤਾਂ ਸਾਰੀ ਸਿੱਖ ਕੌਮ ਨੂੰ ਸਿਰ ਮੱਥੇ ਪ੍ਰਵਾਨ ਹੁੰਦਾ ਸੀ, ਪਰ ਕੁਝ ਪ੍ਰਚਾਰਕ ਇੱਦਾਂ ਦੇ ਜਿਹੜੇ ਕਿ ਸਾਹਮਣੇ ਜਵਾਬ ਦਿੰਦੇ ਨੇ, ਉਸ 'ਤੇ ਤੁਹਾਡੀ ਕੀ ਵਿਚਾਰ?
ਦੇਖੋ ਅਕਾਲ ਤਖਤ ਸਾਹਿਬ ਕੋਈ ਗੁਰਦੁਆਰਾ ਤਾਂ ਹੈ ਨਹੀਂ, ਨਾ ਹੀ ਅਕਾਲ ਤਖਤ ਸਾਹਿਬ ਕੋਈ ਬਿਲਡਿੰਗ ਦਾ ਨਾਮ ਹੈ। ਅਕਾਲ ਤਖਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦਾ ਬਖਸ਼ਿਆ ਹੋਇਆ ਇੱਕ ਸਿਧਾਂਤ ਹੈ। ਮੈਂ ਅਕਸਰ ਇੱਕ ਗੱਲ ਕਹਿੰਦਾ ਹੁੰਦਾ ਵੀ ਸ਼੍ਰੀ ਦਰਬਾਰ ਸਾਹਿਬ ਬਹੁਤ ਪਵਿੱਤਰ ਹੈ, ਪਰ ਉਹਦੀ ਬਿਲਡਿੰਗ ਮਿਸਤਰੀਆਂ ਨੇ ਤਿਆਰ ਕੀਤੀ। ਅਕਾਲ ਤਖਤ ਸਾਹਿਬ ਦਾ ਥੜਾ ਜਿਹੜਾ ਹੈ ਉਹ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਇੱਟਾਂ ਲਾ ਕੇ ਤਿਆਰ ਕੀਤਾ। ਇਹਦਾ ਇੱਕ ਮਕਸਦ ਸੀਗਾ ਵੀ ਇਹ ਜਿਹੜਾ ਤਖਤ ਹੈ ਇਹ ਪੂਰੀ ਦੁਨੀਆ ਵਿੱਚ ਵੱਸਦੀ ਹੋਈ ਮਨੁੱਖਤਾ ਨੂੰ ਇਨਸਾਫ਼ ਦੇਵੇਗਾ। ਇਹ ਹੈ ਅਕਾਲ ਤਖਤ ਸਾਹਿਬ। ਇਸ ਖਾਲਸਾ ਸਾਹਿਬ ਦੇ ਬਾਹਰ ਬੇਰੀ ਦੇ ਉੱਤੇ ਕਿਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਨੂੰ ਬੰਨਿਆ ਗਿਆ, ਸੈਂਟਰ ਦੇ ਮਿਨਿਸਟਰ ਬੂਟਾ ਸਿੰਘ ਅਤੇ ਸੁਰਜੀਤ ਸਿੰਘ ਬਰਨਾਲਾ ਕਿਸੇ ਵੇਲੇ ਇਹਨਾਂ ਥੰਮਲਿਆਂ ਨਾਲ ਬੰਨੇ ਜਾਂਦੇ ਰਹੇ। ਇਹਦਾ ਮਤਲਬ ਹੈ ਵੀ ਇੱਥੋਂ ਪੁਰਾਤਨ ਸਮੇਂ ਦਾ ਇਤਿਹਾਸ ਹੈ ਵੀ ਲੋਕਾਂ ਨੂੰ ਇਨਸਾਫ਼ ਮਿਲਦਾ ਰਿਹਾ। ਥੋੜ੍ਹਾ ਸਮਾਂ ਪਹਿਲਾਂ ਜਥੇਦਾਰ ਮਾੜੇ ਆਏ, ਜਿਨ੍ਹਾਂ ਦੀ ਵਜ੍ਹਾ ਕਰਕੇ ਜਿਹੜਾ ਕੌਮ ਨੇ ਅਕਾਲ ਤਖਤ ਸਾਹਿਬ ਤੋਂ ਮੁੱਖ ਮੋੜਿਆ। ਪਰ ਗੱਲ ਸਿੱਧੀ ਜੀ ਹੈ ਵੀ ਜੇ ਘਰ 'ਚ ਚੋਰ ਆ ਜੇ, ਸੱਪ ਆ ਜੇ ਤਾਂ ਘਰ ਨਹੀਂ ਢਾਈਦਾ, ਚੋਰ ਜਾਂ ਸੱਪ ਨੂੰ ਬਾਹਰ ਕੱਢੀ। ਪਰ ਇਹ ਤਾਂ ਖੁਸ਼ਕਿਸਮਤੀ ਹੋਈ ਕੌਮ ਦੀ ਵੀ ਜੇ ਜਥੇਦਾਰ ਇੱਦਾਂ ਦਾ ਮਿਲਿਆ ਜਿਹੜਾ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ, ਖਾਸ ਕਰਕੇ ਉਸ ਵੇਲੇ ਜਦੋਂ ਬਾਦਲ ਵਿਰੋਧ ਵਿੱਚ ਬਾਦਲ ਹੱਕ ਵਿੱਚ ਗਏ, ਜਿਹੜਾ ਕਾਲਾ ਕਾਨੂੰਨ ਇੱਥੇ ਹਿੰਦੁਸਤਾਨ ਦੇ ਵਿੱਚ ਬਣਿਆ ਉਹਦੇ ਹੱਕ ਵਿੱਚ ਗਏ, ਅਤੇ ਜਥੇਦਾਰ ਸਾਹਿਬ ਨੇ ਉਹਦੇ ਵਿਰੋਧ 'ਚ ਸਟੈਂਡ ਲਿਆ। 370 ਦਾ ਮਸਲਾ ਆਇਆ, ਜਥੇਦਾਰ ਸਾਹਿਬ ਨੇ 370 ਦੇ ਵਿਰੋਧ ਵਿੱਚ ਜਿਹੜਾ ਉਹ ਹੁਕਮਨਾਮਾ ਇਨ ਦਾ ਸੈਂਸ ਕਿ ਉਹਨਾਂ ਨੇ ਗੱਲ ਕੀਤੀ, ਪਾਕਿਸਤਾਨ ਦੀ ਧਰਤੀ 'ਤੇ ਬਹਿ ਕੇ ਉਹਨਾਂ ਨੇ ਮੁਸਲਮਾਨਾਂ ਦੀ ਸਿੱਖਾਂ ਦੀ ਸਿਧਾਂਤਕ ਸਾਂਝ ਦੀ ਗੱਲ ਕੀਤੀ, ਕਸ਼ਮੀਰ ਦੇ ਲੋਕਾਂ ਦੇ ਉੱਤੇ ਜਿਹੜਾ ਸੰਤਾਪ ਹੋ ਰਿਹਾ, ਕਸ਼ਮੀਰ ਦੇ ਲੋਕ ਜਿਹੜਾ ਸੰਤਾਪ ਹੰਢਾ ਰਹੇ ਨੇ, ਸਿੰਘ ਸਾਹਿਬ ਜੀ ਨੇ ਉਹਨਾਂ ਦੇ ਹੱਕ 'ਚ ਗੱਲ ਕੀਤੀ। ਸੋ ਇਹ ਜਿਹੜੇ ਬਿਆਨ ਸੀਗੇ ਇਹਨਾਂ ਤੋਂ ਬਾਅਦ ਕੌਮ ਆਸਮੰਦ ਹੋਈ ਕਿ ਜਥੇਦਾਰ ਸਾਹਿਬ ਜਿਹੜਾ ਉਹ ਚੰਗੇ ਫੈਸਲੇ ਆਉਣ ਵਾਲੇ ਭਵਿੱਖ 'ਚ ਲੈਣਗੇ। ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਕਿ ਕੁਝ ਲੋਕ ਨੇ ਜਿਹੜੇ ਅਕਾਲ ਤਖਤ ਸਾਹਿਬ ਨੂੰ ਜਥੇਦਾਰ ਨੂੰ ਪੁਜਾਰੀ ਕਹਿ ਰਹੇ ਨੇ ਜਾਂ ਬਹੁਤ ਸਾਰੀਆਂ ਨਾਂ ਲੈ ਕੇ ਗੱਲ ਕਰਦੇ ਆ, ਭਾਈ ਰਣਜੀਤ ਸਿੰਘ ਨੇ ਜਿਹੜਾ ਉਹ ਬਾਰ ਬਾਰ ਇਹ ਗੱਲ ਕਹੀ ਕਿ ਮੈਂ ਜਥੇਦਾਰ ਨੂੰ ਨਹੀਂ ਮੰਨਦਾ, ਉਹ ਪੁਜਾਰੀ ਨੇ, ਮੈਂ ਬਾਦਲਾਂ ਦੇ ਬਣਾਏ ਸਿਸਟਮ ਨੂੰ ਨਹੀਂ ਮੰਨਦਾ ਜਾਂ ਮੈਂ ਉਹ ਬਿਲਡਿੰਗ ਨੂੰ ਨਹੀਂ ਮੰਨਦਾ। ਸਿੰਪਲ ਜਿਹਾ ਫੰਡਾ ਹੈ ਕਿ ਇਹ ਸਹੀ ਨਹੀਂ ਹੈ, ਕਿਉਂਕਿ ਭਾਵੇਂ ਕੋਈ ਵੀ ਹੈ, ਅਕਾਲ ਤਖਤ ਸਾਹਿਬ ਸਾਡਾ ਧੁਰਾ ਹੈ, ਉਹ ਕਿਸੇ ਬੰਦੇ ਦਾ ਬਣਾਇਆ ਨਹੀਂ, ਗੁਰੂ ਹਰਗੋਬਿੰਦ ਸਾਹਿਬ ਦਾ ਬਣਾਇਆ। ਅਸੀਂ ਸਿਧਾਂਤਾਂ ਨੂੰ ਪਿੱਠ ਨਹੀਂ ਦੇ ਸਕਦੇ। ਦੂਜੀ ਗੱਲ, ਸਾਡਾ ਸਿਧਾਂਤ ਸਾਨੂੰ ਗੁਰਮੁਖ ਬੈਠੋ ਸਫਾ ਵਿਛਾਏ ਦੇ ਵੱਲ ਇਸ਼ਾਰਾ ਕਰਦਾ। ਸੋ ਕਿਸੇ ਵੀ ਮਸਲੇ ਦਾ ਹੱਲ ਜਿਹੜਾ ਉਹ ਬੈਠ ਕੇ ਹੀ ਹੋਣਾ। ਜਿੰਨੀ ਦੇਰ ਤੱਕ ਅਸੀਂ ਗੁਰਬਾਣੀ ਸਾਨੂੰ ਸਾਰੀ ਦੀ ਸਾਰੀ ਵਿਚਾਰ ਕਰਨ ਲਈ ਪ੍ਰੇਰਿਤ ਕਰਦੀ ਹੈ, ਜੇ ਅਸੀਂ ਵਿਚਾਰ ਨਹੀਂ ਕਰਦੇ ਜਾਂ ਜੇ ਅਸੀਂ ਬਿਲ ਬੈਠ ਕੇ ਆਪਣੇ ਮਸਲਿਆਂ ਦਾ ਹੱਲ ਨਹੀਂ ਕਰਦੇ। ਇਹ ਪਹਿਲੀ ਵਾਰੀ ਕੌਮ ਦੇ ਉੱਤੇ ਸੰਤਾਪ ਨਹੀਂ ਆਇਆ, 18ਵੀਂ ਸਦੀ ਵਿੱਚ ਵੀ ਸਿੱਖਾਂ ਦੇ ਸਿਰ ਵੱਢਵੇਂ ਬਹਿ ਰਹੇ ਮਸਲਾਂ ਦੇ ਆਪਸ ਦੇ ਵਿੱਚ, ਪਰ ਉਸ ਵੇਲੇ ਮਿਸਲਾਂ ਸਾਂਝੇ ਦੁਸ਼ਮਣ ਲਈ ਇਕੱਠਾ ਹੋ ਕੇ ਲੜਦੀਆਂ ਸੀ। ਦਰਬਾਰੇ ਖਾਲਸਾ ਟਰਮ ਆਈ, ਸਾਰੀਆਂ ਮਿਸਲਾਂ ਇਕੱਠੀਆਂ ਹੋ ਕੇ ਕੌਮੀ ਫੈਸਲੇ ਕਰਦੀਆਂ ਸੀ, ਆਪਸੀ ਮਤਭੇਦ ਜਿਹੜੇ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਬੈਠ ਕੇ ਸੁਲਝਾਏ ਜਾਂਦੇ ਸੀ। ਅੱਜ ਵੀ ਭਾਈ ਰਣਜੀਤ ਸਿੰਘ ਜਾਂ ਦਮਦਮੀ ਟਕਸਾਲ, ਕਿਉਂਕਿ ਦੋਵਾਂ ਪਾਸਿਆਂ ਤੋਂ ਕਿਤੇ ਨਾ ਕਿਤੇ ਕਮੀਆਂ ਨੇ ਜਿਹਦੀ ਵਜ੍ਹਾ ਕਰਕੇ ਕੌਮ ਇਹ ਸੰਤਾਪ ਭੋਗ ਰਹੀ। ਟਕਸਾਲ ਦੇ ਵਿੱਚ ਬਹੁਤ ਸਾਰੇ ਐਸੇ ਪ੍ਰਚਾਰਕ ਨੇ ਜਿਹੜੇ ਸਾਨੂੰ ਬਾਹਮਣਵਾਦ ਵੱਲ ਧਕੇਲ ਰਹੇ ਨੇ, ਕਰਮਕਾਂਡਾਂ ਵੱਲ ਧਕੇਲ ਰਹੇ ਨੇ। ਇਸੇ ਤਰ੍ਹਾਂ ਬਾਬਾ ਰਣਜੀਤ ਸਿੰਘ ਨੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਿਧਾਂਤਕ ਨਹੀਂ ਹੋਣਗੀਆਂ। ਮਸਲਾ ਤਾਂ ਇਸ ਗੱਲ ਦਾ ਹੈ ਕਿ ਜਦੋਂ ਅਕਾਲ ਤਖਤ ਸਾਹਿਬ 'ਤੇ ਗੱਲ ਹੋ ਰਹੀ ਹੈ ਜਾਂ 5-ਮੈਂਬਰੀ ਕਮੇਟੀ ਦੀ ਗੱਲ ਆਈ ਹੈ, ਅਤੇ 5 ਮੈਂਬਰ, ਕਿਉਂਕਿ ਵਾਰ ਵਾਰ ਜਦੋਂ ਅਸੀਂ ਸਟੇਜ ਤੋਂ ਕਹਿੰਦੇ ਹਾਂ ਕਿ ਆਓ ਸਾਡੇ ਨਾਲ ਗੱਲ ਕਰੋ ਆ ਕੇ, ਅਤੇ ਉਹ ਅੱਜ ਕਮੇਟੀ ਨੇ ਕਿਹਾ ਵੀ ਗੱਲ ਕਰ ਲਓ, ਅਤੇ ਫਿਰ ਬੈਠ ਕੇ ਗੱਲ ਕਰ ਲਓ। ਪੇਸ਼ੀ ਸ਼ਬਦ ਉਹਨਾਂ ਨੇ ਧੱਕੇ ਨਾਲ ਵਾੜਿਆ ਵਿੱਚ, ਪੇਸ਼ੀ ਕਮੇਟੀ ਗਾੜੀ ਕੋਈ ਪੇਸ਼ੀ ਨਹੀਂ ਸੀ। ਕਮੇਟੀ ਨੇ ਤਾਂ ਬੜੇ ਸਤਿਕਾਰ ਸਹਿਤ ਕਿਹਾ ਕਿ ਭਈ ਬੈਠ ਕੇ ਵਿਚਾਰ ਕਰ ਲਈਏ, ਔਰ ਮੈਨੂੰ ਲੱਗਦਾ ਹੈ ਕਿ ਕੌਮੀ ਹਿੱਤ ਵਿੱਚ ਕਿਸੇ ਵੀ ਪ੍ਰਚਾਰਕ ਨੂੰ, ਇੰਕਲੂਡਿੰਗ ਪਰਮਪਾਲ ਸਿੰਘ, ਕਿਸੇ ਵੀ ਪ੍ਰਚਾਰਕ ਨੂੰ ਕੋਈ ਵੀ ਮਸਲਾ ਵਾ, ਕੋਈ ਦੁਬਧਾ ਵਾ, ਬਜਾਏ ਕਿ ਉਹ ਦੁਬਧਾ ਸੰਗਤ ਵਿੱਚ ਜਾਵੇ, ਸਾਨੂੰ ਆਪਸੀ ਮਿਲ ਬੈਠ ਕੇ ਫੈਸਲੇ ਜਿਹੜੇ ਉਹ ਆਪਸ ਵਿੱਚ ਬੈਠ ਕੇ ਕਰਨੇ ਚਾਹੀਦੇ।
ਦੇਖਿਆ ਹੋਣਾ ਕਿ ਤੁਸੀਂ ਪੰਜ ਮੈਂਬਰੀ ਕਮੇਟੀ ਦੀ ਗੱਲ ਕੀਤੀ ਕਿ ਜਿਹੜੇ ਕਿ ਉਹਨਾਂ ਨੂੰ ਢੱਡਰੀਆਂ ਵਾਲੇ ਨੂੰ ਬੁਲਾ ਰਹੇ ਨੇ ਕਿ ਸਾਡੇ ਨਾਲ ਬੈਠ ਕੇ ਵਿਚਾਰ ਕਰੋ, ਜੋ ਵੀ ਤੁਹਾਡੀ ਦੁਵਿਧਾ ਹੈਗੀ ਆਪਾਂ ਦੂਰ ਕਰਦੇ ਹੈਗੇ, ਪਰ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਢੱਡਰੀਆਂ ਵਾਲਾ ਉਹਨਾਂ ਕੋਲ ਖੁੱਲ੍ਹਾ ਚੈਲੰਜ ਹੈਗਾ, ਉਹ ਕਹਿੰਦਾ ਜਿਹੜੇ ਪੰਜ ਮੈਂਬਰੀ ਕਮੇਟੀ ਬਿਠਾ ਕੇ ਮੈਨੂੰ ਆਵਾਜ਼ ਦੇ ਰਹੀ ਹੈਗੀ ਆ ਉਹਨਾਂ 'ਤੇ ਉਹਨਾਂ ਨੂੰ ਸ਼ੰਕਾ ਕੀਤੀ ਹੈਗੀ ਆ ਕਿ ਇਹ ਜਿਹੜੇ ਮੈਂਬਰ ਹੈਗੇ ਆ ਇਹ ਮੈਨੂੰ ਸਹੀ ਨਹੀਂ ਲੱਗਦੇ ਹੈਗੇ ਅਤੇ ਮੈਂ ਇਹਨਾਂ ਨਾਲ ਵਿਚਾਰ ਨਹੀਂ ਕਰ ਸਕਦਾ, ਤੁਸੀਂ ਕੀ ਕਹੋਗੇ? ਫਿਰ ਬੜਾ ਸੌਖਾ ਜਿਹਾ ਕੰਮ ਹੈ ਜੀ, ਉਹ ਆਪਣੀ ਪਸੰਦ ਦੇ ਪੰਜ ਮੈਂਬਰ ਚੁਣ ਕੇ ਦੱਸ ਦੇਣ ਵੀ ਆਹ ਕੌਮ ਦੇ ਨਿਰਪੱਖ ਬੰਦੇ ਆ, ਇਹਨਾਂ 'ਤੇ ਮੈਨੂੰ ਯਕੀਨ ਆ, ਮੈਂ ਇਹਨਾਂ ਨਾਲ ਬੈਠ ਕੇ ਵਿਚਾਰ ਕਰ ਲੈਂਦਾ। ਕਿਉਂਕਿ ਜਦੋਂ ਰੱਬ ਨਾ ਕਰੇ ਕਿਸੇ ਬੱਚੀ ਦਾ ਪਰਿਵਾਰ ਵਿੱਚ ਝਗੜਾ ਹੋ ਜਾਏ ਨਾ, ਨੌਂ ਲੜ ਪਏ, ਤਾਂ ਤਰੀਕਾ ਕੀ ਹੁੰਦਾ? ਉਹ ਕਹਿੰਦੇ ਦੋ ਬੰਦੇ ਉਸ ਧਿਰ ਦੇ ਪਾ ਲਓ, ਦੋ ਬੰਦੇ ਉਸ ਧਿਰ ਦੇ ਪਾ ਲਓ, ਇੱਕ ਬੰਦਾ ਸਾਂਝਾ ਪਾ ਲਓ ਅਤੇ ਬੈਠ ਕੇ ਫੈਸਲਾ ਕਰ। ਜਦੋਂ ਸਾਡੇ ਘਰਾਂ ਦੇ ਮਸਲੇ ਆਉਂਦੇ ਆ ਅਸੀਂ ਅੰਦਰ ਵੜ ਕੇ ਬੈਠ ਕੇ ਫੈਸਲੇ ਕਰਦੇ ਹਾਂ, ਅਤੇ ਜਦੋਂ ਪੰਥ ਦੇ ਮਸਲੇ ਆਉਂਦੇ ਆ ਤਾਂ ਉਦੋਂ ਅਸੀਂ ਇੰਨੇ ਹੀ ਚੁਰਾਏ 'ਚ ਫੈਸਲਾ ਕਰਨਾ। ਘਰ ਵਿੱਚ ਸਾਡੀ ਧੀ ਦਾ ਨੂੰਹ ਦਾ ਫੈਸਲਾ ਹੋਵੇ, ਅੰਦਰ ਬੂਹਾ ਬੰਦ ਕਰਕੇ ਗੱਲ ਕਰਦੇ ਹਾਂ, ਕਿਉਂਕਿ ਸਾਡੀ ਇੱਜ਼ਤ ਹੈ, ਅਤੇ ਪੰਥ ਦੀ ਕੋਈ ਇੱਜ਼ਤ ਨਹੀਂ ਹੈ। ਪੰਥ ਦੇ ਫੈਸਲੇ ਚੁਰਾਏ 'ਚ ਕਰਨੇ, ਇਹ ਕਿਵੇਂ ਹੋ ਸਕਦਾ? ਚੁਰਾਇਆਂ 'ਚ ਗੱਲਾਂ ਨਹੀਂ ਹੋਣੀਆਂ, ਅੰਤ ਨੂੰ ਤਾਂ ਬੈਠ ਕੇ ਹੀ ਫੈਸਲਾ ਕਰਨਾ ਪੈਣਾ। ਦੂਜੀ ਗੱਲ, ਜਿਹੜੀ ਗੱਲ ਉਹ ਵਾਰ ਵਾਰ ਕਹਿ ਰਹੇ ਨੇ ਵੀ ਮੈਨੂੰ ਛੇਕ ਦਿਓ, ਮੈਨੂੰ ਛੇਕ ਦਿਓ, ਮੈਨੂੰ ਛੇਕ ਦਿਓ, ਨਾ ਤਾਂ ਜਥੇਦਾਰ ਵੇਖੋ ਜੇ ਛੇਕਣਾ ਹੁੰਦਾ, ਉਹ ਕਹਿੰਦੇ ਨੇ ਵੀ ਕਮੇਟੀ ਕਿਉਂ ਬਣੀ, ਪਹਿਲਾਂ ਕਿਉਂ ਨਹੀਂ ਮੁੱਦਿਆਂ 'ਤੇ ਕਮੇਟੀ ਬਣੀ? ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਕਾਲਾ ਫਗਾਨਾ ਨੂੰ ਛੇਕਿਆ ਸੀ ਕਮੇਟੀ ਨਹੀਂ ਸੀ ਬਣੀ, ਪ੍ਰੋਫੈਸਰ ਦਰਸ਼ਨ ਸਿੰਘ ਨੂੰ ਛੇਕਿਆ ਸੀ ਕਮੇਟੀ ਨਹੀਂ ਸੀ ਬਣੀ, ਠੀਕ ਆ। ਬਹੁਤ ਸਾਰੀਆਂ ਪੋਲੀਟੀਕਲ ਧਿਰਾਂ ਨੇ ਜਾਂ ਕਿਸੇ ਨੇ ਜ਼ੋਰ ਅਜਮਾਇਸ਼ ਕਰਕੇ ਉਹ ਫੈਸਲੇ ਹੋਏ ਉਦੋਂ, ਮਸਲਾ ਇਹ ਆ ਕਮੇਟੀ ਬਣੀ ਇਸ ਕਰਕੇ ਹੀ ਕਿ ਤੁਹਾਡਾ ਪੱਖ ਜਾਣ ਸਕੀਏ, ਅਤੇ ਪੱਖ ਦੱਸੋ ਹੁਣ ਜਾ ਕੇ। ਜਿਹੜੀ ਗੱਲ ਦਾ ਡਾਊਟ ਹੈ ਉਹ ਕਮੇਟੀ ਨੂੰ ਬਹਿ ਕੇ ਦੱਸੋ, ਜੇ ਤੁਹਾਡੀ ਕੋਈ ਨਹੀਂ ਸੁਣੇਗਾ ਤਾਂ ਮੀਡੀਆ ਤਾਂ ਬੈਠਾ ਹੀ ਹੈ ਨਾ, ਫਿਰ ਤਾਂ ਉਹਨਾਂ ਦਾ ਆਪਣਾ ਮੀਡੀਆ ਵੀ ਪਰਸਨਲ, ਉਹਨਾਂ ਦਾ ਚੈਨਲ ਵੀ ਹੈਗਾ, ਫਿਰ ਤਾਂ ਅਸੀਂ ਗੱਲ ਕਰ ਹੀ ਸਕਦੇ ਵੀ ਕਮੇਟੀ ਨਹੀਂ ਸੁਣਦੀ। ਮੰਨ ਲਓ ਤੁਸੀਂ ਚਾਹੁੰਦੇ ਹੋ ਸਾਰੀ ਕੌਮ ਦੇਖੇ, ਕੱਲ੍ਹ ਵੀ ਉਹਨਾਂ ਨੇ ਇੱਕ, ਮੈਨੂੰ ਚੰਗਾ ਲੱਗਾ ਉਹਨਾਂ ਨੇ ਇੱਕ ਗੱਲ ਕਹੀ ਹੈ, ਭਾਈ ਰਣਜੀਤ ਸਿੰਘ ਜੀ ਨੇ ਇੱਕ ਚੰਗਾ ਕੀਤਾ ਗੱਲ ਕਹੀ, ਉਹ ਕਹਿੰਦੇ ਮੈਂ ਟੀਵੀ ਚੈਨਲ 'ਤੇ ਬੈਠਣ ਨੂੰ ਤਿਆਰ ਹਾਂ ਪਰ ਜਿਹੜੇ ਮੇਰੇ ਨਾਲ ਲੜਨ ਆ ਰਹੇ ਮੈਂ ਇਹਨਾਂ ਨਾਲ ਨਹੀਂ ਬਹਿਣਾ। ਓਕੇ, ਗੁੱਡ। ਤੁਸੀਂ ਕਹੋ ਕਿ ਅਸੀਂ ਫਲਾਣੇ ਫਲਾਣੇ ਬੰਦਿਆਂ 'ਤੇ ਸਾਨੂੰ ਯਕੀਨ ਹੈ ਜਿਹੜੇ ਸਾਂਝੇ ਨੇ, ਉਹਨਾਂ ਸਾਂਝੇ ਬੰਦਿਆਂ ਨੂੰ ਬਿਠਾ ਲਓ। ਤੁਸੀਂ ਕਹੋ ਜੀ ਸਾਰੇ ਚੈਨਲ ਲਾਈਵ ਕਰਨਗੇ, ਉਹਨੂੰ ਲਾਈਵ ਕਰ ਲਓ। ਪਰਮਪਾਲ ਜੀ, ਪਰ ਤੁਸੀਂ ਇਹ ਸੋਚੋ ਨਾ ਕਿ ਜਿਹੜਾ ਵਿਵਾਦ ਪੈਦਾ ਹੋਇਆ ਵਾ ਇਹਦਾ ਮੁੱਖ ਕਾਰਨ ਕੀ ਹੈ, ਇਹ ਤੁਸੀਂ ਜੀ? ਇਹਦਾ ਮੁੱਖ ਕਾਰਨ ਜਿਹੜਾ ਹੈ ਕਿ ਉਹ ਮਿਸਕਮਿਊਨੀਕੇਸ਼ਨ, ਗੁਰਬਾਣੀ ਦੀ ਗਲਤ ਇੰਟਰਪ੍ਰੀਟੇਸ਼ਨ, ਇਹ ਏਜੰਸੀਆਂ ਦੀ ਵੀ ਬਹੁਤ ਵੱਡੀ ਪੈਨੀਟ੍ਰੇਸ਼ਨ ਹੈ ਇਹਦੇ ਵਿੱਚ, ਇਹ ਵਿਵਾਦ ਨੂੰ ਭਖਾਉਣ ਵਿੱਚ। ਕਿਉਂਕਿ ਏਜੰਸੀਆਂ ਵੀ ਨਹੀਂ ਚਾਹੁੰਦੀਆਂ ਕਿ ਪੰਥ ਇਕੱਠਾ ਹੋ ਕੇ ਬੈਠੇ, ਇਹ ਝਗੜੇ ਇੱਦਾਂ ਪਏ ਰਹਿਣਗੇ ਦੋਵਾਂ ਧਿਰਾਂ 'ਚ। ਮੈਂ ਇਕੱਲਾ ਟਕਸਾਲ ਜਾਂ ਇਕੱਲਾ ਬਾਬਾ ਰਣਜੀਤ ਸਿੰਘ ਮਿਸਤਰੀਆਂ ਜਾਂ ਟਕਸਾਲੀਆਂ ਦੀ ਇਕੱਲਿਆਂ ਇਕੱਲਿਆਂ ਦੀ ਗੱਲ ਨਹੀਂ ਕਰਦਾ, ਸਾਂਝੇ ਰੂਪ ਵਿੱਚ ਦੋਵਾਂ ਪਾਸਿਆਂ ਤੋਂ ਗਲਤ ਪੈਨੀਟ੍ਰੇਸ਼ਨਸ ਹੋ ਰਹੀਆਂ ਨੇ। ਕਿਉਂਕਿ ਮੁੱਦਾ ਤਾਂ ਹੈ ਹੀ ਕੋਈ ਨਹੀਂ ਹੈ, ਕੋਈ ਜਲ ਕਹਿ ਰਿਹਾ, ਕੋਈ ਪਾਣੀ ਕਹਿ ਰਿਹਾ। ਜਲ ਹਿੰਦੀ ਦਾ ਸ਼ਬਦ ਹੈ, ਪਾਣੀ ਪੰਜਾਬੀ ਦਾ ਸ਼ਬਦ ਹੈ। ਜਲ ਕਹਿਣ ਨਾਲ ਪਵਿੱਤਰ ਨਹੀਂ ਹੋ ਜਾਣਾ ਅਤੇ ਪਾਣੀ ਕਹਿਣ ਨਾਲ ਉਹਦੀ ਬੇਅਦਬੀ ਨਹੀਂ ਹੋ ਜਾਣੀ। ਚਰਨ ਹਿੰਦੀ ਦਾ ਸ਼ਬਦ ਹੈ, ਪੈਰ ਪੰਜਾਬੀ ਦਾ ਸ਼ਬਦ ਹੈ। ਚਰਨ ਕਿਆਂ ਉਹ ਪਵਿੱਤਰ ਨਹੀਂ ਹੋ ਜਾਣੇ ਅਤੇ ਪੈਰ ਕਿਆਂ ਉਹਦੀ ਬੇਇੱਜ਼ਤੀ ਨਹੀਂ ਹੋ ਜਾਣੀ, ਇੰਨਾ ਕੀ ਫਰਕ ਹੈ? ਕਿਉਂਕਿ ਮੰਨ ਲਓ ਕਿਸੇ ਮੁੱਦਿਆਂ ਦੇ ਉੱਤੇ ਕੋਈ, ਬਹੁਤ ਸਾਰੇ ਐਸੇ ਸਿੱਖਾਂ ਦੇ ਇਸ਼ੂਜ਼ ਨੇ, ਦਸਮ ਗ੍ਰੰਥ ਦਾ ਮਸਲਾ ਹੈ, ਰਾਗਮਲਾ ਦਾ ਮਸਲਾ ਹੈ, ਮੂਲ ਮੰਤਰ ਦਾ ਮਸਲਾ ਪਾਇਆ ਹੋਇਆ, ਸੂਰਜ ਪ੍ਰਕਾਸ਼ ਦਾ ਮਸਲਾ ਹੈ, ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ। ਪਰ ਇਹ ਗੱਲਾਂ ਵਿਦਵਾਨਾਂ ਦੇ ਨਾਲ ਅੰਦਰ ਬੈਠ ਕੇ ਡਿਸਕਸ ਹੋਣੀਆਂ, ਚੁਰਾਏ 'ਚ ਨਹੀਂ ਹੋ ਸਕਦੀਆਂ, ਇਹ ਦੀਵਾਨਾਂ ਦੇ ਮਸਲੇ ਨਹੀਂ ਹੈ। ਹੁਣ ਛੋਟਾ ਬੱਚਾ ਕਹੂਗਾ ਮੈਂ ਐੱਮ ਏ ਦੀ ਕਿਤਾਬ ਹੁਣੇ ਪੜ੍ਹਨੀ ਹੈ, ਤੁਸੀਂ ਨਹੀਂ ਪੜ੍ਹਾ ਸਕਦੇ ਉਹਨੂੰ, ਅਤੇ ਐੱਮ ਏ ਵਾਲੇ ਬੱਚੇ ਨੂੰ ਏ ਬੀ ਸੀ ਪੜ੍ਹਾਓਗੇ ਤਾਂ ਉਹ ਕਹੇਗਾ ਮੇਰੀ ਬੇਇੱਜ਼ਤੀ ਹੋ ਰਹੀ। ਸੋ ਇਹਨਾਂ ਚੀਜ਼ਾਂ ਨੂੰ ਸਮਝਣਾ ਪੈਣਾ ਕਿ ਜਿਹੜੇ ਮਸਲੇ ਨੇ ਉਹ ਅੰਦਰ ਵੜ ਕੇ ਹੀ ਹੱਲ ਹੋਣ, ਬੈਠਣਾ ਪੈਣਾ। ਦੇਖੋ ਕਿ ਜਿਹੜਾ ਸੂਰਜ ਪ੍ਰਕਾਸ਼ ਜਾਂ ਦਸ਼ਮ ਗ੍ਰੰਥ ਦੀ ਸੀ ਗੱਲ ਕਰ ਰਹੇ ਹੈਗੇ, ਤੁਹਾਨੂੰ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਥਾਨ ਦੇ ਨਾਲ ਇਹਨਾਂ ਦਾ ਪ੍ਰਕਾਸ਼ ਹੋਣਾ ਚਾਹੀਦਾ? ਵੇਖੋ ਇੱਕ ਗੱਲ ਸਿੰਪਲ ਜੀ ਹੈ, ਜਦੋਂ ਸੂਰਜ ਪ੍ਰਕਾਸ਼ ਦੀ ਗੱਲ ਆਉਂਦੀ ਹੈ ਤਾਂ ਦੋਵੇਂ ਪੱਖ ਸਮਝਣੇ ਪੈਣੇ। ਜਿਹੜਾ ਨੈਗੇਟਿਵ ਇੰਪੈਕਟ ਹੈ, ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਗੁਰੂ ਸਾਹਿਬ ਨਾਲ ਜੋੜੀਆਂ ਗਈਆਂ ਉਹ ਵੀ ਉੱਥੇ ਪਈਆਂ, ਪਰ ਸਾਡਾ ਸਿੱਖ ਇਤਿਹਾਸ ਵੀ ਉੱਥੇ ਪਿਆ।
ਗੁਰੂ ਸਾਹਿਬ ਨੇ ਸਾਨੂੰ ਹੰਸ ਬਿਰਤੀ ਦਿੱਤੀ। ਹੰਸ ਬਿਰਤੀ ਦਾ ਮਤਲਬ ਮੋਤੀ ਚੁੱਕਣੇ, ਕਿ ਜਿਹੜਾ ਪੱਖ ਗੁਰਬਾਣੀ ਦੀ ਕਸਵੱਟੀ 'ਤੇ ਪੂਰਾ ਉਤਰਦਾ ਉਹਨੂੰ ਰੱਖ ਲਓ, ਬਾਕੀ ਨੂੰ ਛੱਡ ਦਿਓ। ਸਿੰਪਲ ਫੰਡਾ, ਸਾਡੇ ਕੋਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜਿਹਦੀ ਕਸਵੱਟੀ 'ਤੇ ਪੂਰੀ ਦੁਨੀਆ ਦਾ ਗਿਆਨ ਚੈੱਕ ਕੀਤਾ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਉੱਤੇ ਤਾਂ ਕਿਸੇ ਨੂੰ ਕੋਈ ਦੋ ਰਾਏ ਨਹੀਂ ਹੈਗੀ, ਉਹਨਾਂ ਦੀ ਪਵਿੱਤਰਤਾ ਦੇ ਉੱਤੇ, ਉਹ ਸਿਧਾਂਤ ਦੇ ਉੱਤੇ, ਉਹ ਗੁਰੂ ਸਾਹਿਬ ਦੇ ਆਪਣੀ ਹੱਥੀਂ ਅਕਾਲ ਪੁਰਖ ਵਾਹਿਗੁਰੂ ਦੀ ਰੱਬੀ ਬਾਣੀ ਹੈ ਜਿਹੜੀ ਸਾਡੇ ਤੱਕ ਲੌਕ ਹੋ ਕੇ ਲੌਕ ਸਿਸਟਮ 'ਚ ਪਹੁੰਚੀ ਹੋਈ ਹੈ, ਉਸ ਬਾਣੀ 'ਤੇ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਸੋ ਕੋਈ ਗ੍ਰੰਥ ਹੈ, ਕੋਈ ਸਾਡਾ ਇਤਿਹਾਸਿਕ ਸਰੋਤ ਹੈ, ਕੋਈ ਸਾਡੇ ਪੁਰਾਤਨ ਸਰੋਤ ਹੈ, ਜਿਹੜੇ ਜਿਹੜੇ ਗੱਲ 'ਤੇ ਕਿਸੇ ਨੂੰ ਕੋਈ ਡਾਊਟ ਹੈ ਤਾਂ ਗੁਰਬਾਣੀ ਦੀ ਰੋਸ਼ਨੀ 'ਚ ਆਪਣਾ ਡਾਊਟ ਕਲੀਅਰ ਕਰ ਲੈਣਾ ਚਾਹੀਦਾ। ਤੁਹਾਨੂੰ ਲੱਗਦਾ ਨਹੀਂ ਕਿ ਉਸ 5 ਮੈਂਬਰੀ ਕਮੇਟੀ ਵੱਲੋਂ ਗ੍ਰੰਥਾਂ 'ਤੇ ਵੀ ਸੋਧ ਕਰਨੀ ਚਾਹੀਦੀ ਹੈ? ਦੇਖੋ, ਪੰਥ ਜਾਗੇ, ਇਹ ਕਾਟੋ ਕਲੇਸ਼ ਵਿੱਚੋਂ ਬਾਹਰ ਆਵਾਂਗੇ ਨਾ, ਫਿਰ ਇਹ ਚੀਜ਼ਾਂ ਦੇਖੀਆਂ ਜਾਣੀਆਂ ਕਿ ਜਦੋਂ ਪੰਥ ਬੈਠੇਗਾ, ਸਾਰੀਆਂ ਧਿਰਾਂ ਮਿਲ ਕੇ ਬੈਠਣਗੀਆਂ, ਜਿਹੜੇ ਜਿਹੜੇ ਇੱਦਾਂ ਦੇ ਰਲੇ ਆ ਰਹੇ ਨੇ ਜਿਹ 'ਚ ਮਾਈ ਭਾਗੋ ਜੀ ਨੂੰ ਆਪਾਂ ਦੇਖਿਆ ਪਿਛਲੇ ਇਤਿਹਾਸ 'ਚ ਪੜ੍ਹਿਆ ਸੁਣਿਆ ਵੀ ਉਹ ਕਿੱਦਾਂ ਉਹਨਾਂ ਬਾਰੇ ਗਲਤ ਕਿਹਾ ਗਿਆ, ਇੱਦਾਂ ਗੁਰੂ ਸਾਹਿਬ ਨੂੰ ਫੀਮ ਖਾਂਦੇ ਦਰਸਾਇਆ ਗਿਆ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪੁਰਾਤਨ ਸਮੇਂ 'ਚ ਸਾਡੇ ਸਰੋਤਾਂ 'ਚ ਮਿਲਗੋਭਾ ਹੋਇਆ, ਪਰ ਇਹ ਉਦੋਂ ਸੋਲਵ ਹੋਊਗਾ ਜਦੋਂ ਸੁਹਿਰਦਤਾ ਨਾਲ, ਪੋਜ਼ਿਟਿਵ ਤਰੀਕੇ ਨਾਲ, ਗੁਰਬਾਣੀ ਦੀ ਰੋਸ਼ਨੀ ਵਿੱਚ, ਪੰਥ ਦੀ ਚੜ੍ਹਦੀ ਕਲਾ ਸੁਰਤ ਵਿੱਚ ਰੱਖ ਕੇ ਇਹਨਾਂ 'ਤੇ ਫੈਸਲੇ ਕਰਾਂਗੇ ਅਤੇ ਸਾਰੇ ਫੈਸਲੇ ਹੋ ਜਾਣਗੇ। ਪਰ ਤੁਸੀਂ ਦੇਖਿਆ ਹੋਣਾ ਕਿ ਭਾਈ ਰਣਜੀਤ ਸਿੰਘ ਵੱਲੋਂ ਵੀ ਇਹ ਆਮ ਸੋਸ਼ਲ ਮੀਡੀਆ 'ਤੇ ਪ੍ਰਚਾਰਿਆ ਜਾ ਰਿਹਾ ਹੈਗਾ ਕਿ ਜਿਹੜਾ ਜੌਂ ਤੋਂ ਪ੍ਰੇਮ ਖੇਲਣ ਕਾ ਚਾਓ ਦੀ ਉਹਨਾਂ ਨੇ ਗੱਲ ਕੀਤੀ ਹੈਗੀ ਸੀਗੀ, ਉਹਨਾਂ ਨੇ ਆਮ ਹੀ ਆਪਣੇ ਦੀਵਾਨਾਂ ਦੇ ਵਿੱਚ ਇਹ ਗੱਲ ਰੱਖਦੇ ਨੇ ਕਿ ਜਿਹੜਾ ਬਾਬਾ ਦੀਪ ਸਿੰਘ ਜੀ ਸੀਗੇ ਉਹਨਾਂ ਨੇ ਸਿਰ ਤਲੀ 'ਤੇ ਨਹੀਂ ਰੱਖਿਆ, ਤੁਹਾਨੂੰ ਕੀ ਲੱਗਦਾ ਕਿ ਸਿਰ ਤਰ ਤਲੀ ਗਲੀ ਮੇਰੀ ਆਓ ਦੀ ਗੱਲ ਕੀਤੀ ਉੱਥੇ ਕਿਸ ਦੀ ਗੱਲ ਕੀਤੀ ਗਈ ਹੈ? ਮਰਨ ਕਬੂਲਣ ਦੀ ਗੱਲ ਕੀਤੀ ਗਈ ਜਾਂ ਸੱਚੀ ਸਿਰ ਨੂੰ ਤਲੀ 'ਤੇ ਰੱਖ ਕੇ ਚੱਲਣ ਦੀ ਗੱਲ ਕੀਤੀ ਗਈ? ਦੇਖੋ, ਇੱਕ ਗੱਲ ਕਲੀਅਰ ਜੀ ਹੈ ਵੀ ਮੇਰਾ ਮਸਲਾ ਇਸ ਗੱਲ ਦਾ ਵੀ ਬਾਬਾ ਦੀਪ ਸਿੰਘ ਨੇ ਸਿਰ ਇੰਝ ਤਲੀ 'ਤੇ ਰੱਖ ਕੇ ਲੜਾਈ ਕੀਤੀ ਹੈ ਕਿ ਕੱਟ ਕੇ ਤਲੀ 'ਤੇ ਰੱਖ ਕੇ ਲੜਾਈ ਕੀਤੀ ਹੈ? ਇਹ ਨੁਕਤਾ ਹੈ ਉਸ ਸਾਖੀ ਦਾ ਕਿ ਇਹ ਨੁਕਤਾ ਹੈ ਕਿ 80 ਸਾਲ ਦੀ ਉਮਰੇ ਹਰਿਮੰਦਰ ਸਾਹਿਬ ਦੀ ਅਜ਼ਮਤ ਬਚਾਉਣ ਵਾਸਤੇ ਸਾਡੀ ਕੌਮ ਦਾ ਬਜ਼ੁਰਗ ਬਾਬਾ, ਜਿਹੜਾ ਕਿ ਜਿਹਦਾ ਕੰਮ ਗੁਟਕੇ ਪੋਥੀਆਂ ਲਿਖਣਾ ਸੀਗੇ, ਜਿਹੜਾ ਕੌਮ ਦਾ ਸੁਹਿਰਦ ਵਿਦਵਾਨ ਸੀ, ਗੁਰੂ ਗੋਬਿੰਦ ਸਿੰਘ ਦਾ ਥਾਪਿਆ ਹੋਇਆ, ਉਹ ਬੰਦੇ ਨੂੰ ਅੰਤ ਵੇਲੇ ਲੜਨਾ ਪਿਆ ਇਹ ਕੌਮ ਦੀ ਨੌਜਵਾਨੀ ਨੂੰ ਦੱਸਣਾ। ਇਸ ਸਿਰ ਦੀ ਕੰਟਰੋਵਰਸੀ ਕ੍ਰੀਏਟ ਇਸ ਕਰਕੇ ਕੀਤੀ ਗਈ ਹੈ ਕਿ ਬਾਬਾ ਦੀਪ ਸਿੰਘ ਦੀ ਸ਼ਹਾਦਤ ਦੇ ਉੱਤੇ ਕਿੰਤੂ ਕੌਣ ਕਰ ਸਕਦਾ? ਇਹ ਸਾਰੇ ਦੇ ਸਾਰੇ ਜੌ ਤੋਂ ਪ੍ਰੇਮ ਖੇਲਣ ਕਾ ਚਾਓ ਕਿੰਨੇ ਟੀਕੇ ਨੇ ਸਾਨੂੰ ਇੱਕ ਸੈਕਿੰਡ ਦੇ ਵਿੱਚ ਸਮਝ ਲੱਗ ਜੂਗਾ ਕਿ ਜੌ ਤੋਂ ਪ੍ਰੇਮ ਖੇਲਣ ਕਾ ਚਾਓ ਦਾ ਮਤਲਬ ਕੀ ਹੈ। ਉਹਨੂੰ ਬਾਬਾ ਦੀਪ ਸਿੰਘ ਦੇ ਸਿਰ ਤਲੀ 'ਤੇ ਰੱਖਣ ਕਿ ਸਿਰ, ਜਦੋਂ 5 ਪਿਆਰਿਆਂ ਦੇ ਸਿਰ ਮੰਗੇ ਸੀ ਤਾਂ ਉਹ ਵੀ ਤਾਂ ਸਿਰ ਤਲੀ 'ਤੇ ਰੱਖ ਕੇ ਆਏ ਸੀਗੇ। ਸਿੰਪਲ ਜਿਹਾ ਫੰਡਾ, ਇਸ ਰਸਤੇ 'ਤੇ, ਇਸ ਮਾਰਗ 'ਤੇ ਜਿਹੜਾ ਵੀ ਤੁਰਦਾ, ਜਿਹੜਾ ਸੱਚ ਦੀ ਗੱਲ ਕਰਦਾ, ਉਹ ਸਿਰ ਤਲੀ 'ਤੇ ਰੱਖ ਕੇ ਕਰ ਰਿਹਾ, ਇਹ ਬਾਣੀ ਸਾਨੂੰ ਕਹਿ ਰਹੀ ਹੈ। ਬਾਕੀ ਬਾਬਾ ਦੀਪ ਸਿੰਘ ਦੀ ਸ਼ਹਾਦਤ ਸਿਰਮੌਰ ਹੈ। ਬਾਬਾ ਦੀਪ ਸਿੰਘ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਨੇ ਕਿ ਇਸ ਉਮਰੇ ਵੀ ਉਹਨਾਂ ਨੇ ਮੈਦਾਨੇ ਜੰਗ ਵਿੱਚ ਖੰਡਾ ਵਾਹ ਕੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾਇਆ। ਅੱਜ ਜੋ ਕੌਮ ਦੇ ਵਿੱਚ ਦੁਬਿਧਾ ਪਈ ਹੋਈ, ਜੋ ਵਿਵਾਦਾਂ ਦੀ ਗੱਲ ਚੱਲ ਰਹੀ ਹੈ, ਉਸ ਦਾ ਹੱਲ ਕੀ ਨਿਕਲ ਸਕਦਾ ਹੈ, ਉਸ ਬਾਰੇ ਕੀ ਕਹੋ? ਬਹੁਤ ਸੌਖਾ, ਮੈਂ ਅੰਤ 'ਚ ਇਹੀ ਕਹਿਣਾ ਵੀ ਹੱਲ ਬੜਾ ਸੌਖਾ ਰਿਹਾ ਕਿ ਨੌਜਵਾਨ ਪੀੜ੍ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪੜੇ, ਵਿਚਾਰੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੋਸ਼ਨੀ ਵਿੱਚ ਇਤਿਹਾਸ ਪੜ੍ਹੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੋਸ਼ਨੀ ਦੇ ਵਿੱਚ ਬਾਕੀ ਗਿਆਨ ਹਾਸਲ ਕਰੇ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਆਪ ਪੜ੍ਹੋਗੇ ਤੁਹਾਨੂੰ ਆਟੋਮੈਟਿਕਲੀ ਡਾਊਟ ਕਲੀਅਰ ਹੋ ਜਾਣਗੇ। ਜਦੋਂ ਤੁਹਾਡੇ ਡਾਊਟਸ ਕਲੀਅਰ ਹੋਣਗੇ, ਤੁਹਾਡੀ ਦੁਬਿਧਾ ਦੂਰ ਹੋਏਗੀ, ਆਟੋਮੈਟਿਕਲੀ ਜਿਹੜੇ ਮਸਲਿਆਂ ਦੇ ਉੱਤੇ ਤੁਹਾਨੂੰ ਕਲੈਰਿਟੀ ਹੋਏਗੀ, ਔਰ ਤੁਹਾਨੂੰ ਪਤਾ ਲੱਗੂਗਾ ਕਿ ਏਜੰਸੀਆਂ ਦੇ ਇਸ਼ਾਰੇ 'ਤੇ, RSS ਦੇ ਇਸ਼ਾਰੇ 'ਤੇ ਕਿਹੜਾ ਤੁਹਾਡਾ ਕੰਮ ਕਰ ਰਿਹਾ, ਅਤੇ ਗੁਰੂ ਪੰਥ ਗੁਰੂ ਗ੍ਰੰਥ ਲਈ ਕਿਹੜਾ ਤੁਹਾਡਾ ਕੰਮ ਕਰ ਰਿਹਾ, ਆਟੋਮੈਟਿਕਲੀ ਪਤਾ ਲੱਗੇਗਾ, ਕਿਉਂਕਿ ਸਾਡੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਨੇ, ਸਾਡਾ ਗੁਰੂ ਗ੍ਰੰਥ ਸਾਹਿਬ। ਅਸੀਂ ਕਿਸੇ ਦੇ ਵੀ ਫੈਨ ਨਹੀਂ ਬਣ ਸਕਦੇ, ਇੱਥੇ ਬਹੁਤ ਜ਼ਿਆਦੀਆਂ ਮਢੀਰਾਂ ਨੇ ਅੱਜ ਕੱਲ੍ਹ ਕਿ ਮੈਂ ਫਲਾਣੇ ਦਾ ਫੈਨ ਹਾਂ, ਮੈਂ ਧਮਕਾਨੇ ਦਾ ਫੈਨ ਹਾਂ, ਇੱਥੇ ਕੋਈ ਫੈਨ ਕਲਚਰ ਨਹੀਂ ਹੈਗਾ। ਅਸੀਂ ਸਾਰੇ ਸਿੱਖ ਹਾਂ, ਅਸੀਂ ਗੁਰੂ ਦੇ ਸਿੱਖ ਹਾਂ,
ਅਤੇ ਜ਼ਿੰਦਗੀ ਗੁਰੂ ਮੁਤਾਬਕ ਜਿਵਾਂਗੇ ਤਾਂ ਹੀ ਸਾਡਾ ਪਾਰ ਉਤਾਰਾ ਸਾਡਾ ਸਾਡੀ ਕੌਮ ਦਾ ਸਾਡੇ ਪੰਥ ਦਾ ਚੜ੍ਹਦੀ ਕਲਾ ਹੋਏਗੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮੁਤਾਬਕ ਚਲਾਵਾਂਗੇ। ਦਰਸ਼ਕੋ ਇਹ ਸਨ ਪਰਮਪਾਲ ਸਿੰਘ ਜੀ ਅਤੇ ਅਸੀਂ ਦੱਸਣਾ ਚਾਹੁੰਦੇ ਕਿ ਅੱਜ ਬੁੱਧੀਜੀਵੀਆਂ ਵੱਲੋਂ ਵੀ ਭਾਈ ਢੱਡਰੀਆਂ ਸਿੰਘ ਜੀ ਦੇ ਜੋ ਵਿਵਾਦ ਖੜੇ ਕੀਤੇ ਗਏ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਅਤੇ ਬਕਾਇਦਾ ਇਹ ਦੱਸਣਾ ਪਏਗਾ ਕਿ ਜਿਹੜੇ ਵੀ ਇੱਦਾਂ ਦੇ ਪ੍ਰਚਾਰਕ ਹੈ ਜਿਹੜੀ ਕੌਮ ਨੂੰ ਢਾਲ ਆ ਰਹੇ ਨੇ ਅਤੇ ਉਹਨਾਂ ਨੂੰ ਬੈਠ ਕੇ ਵਿਚਾਰ ਕਰਕੇ ਆਪਣੀ ਦੁਵਿਧਾਵਾਂ ਜਿਹੜੀਆਂ ਦੂਰ ਕਰਨੀਆਂ ਚਾਹੀਦੀਆਂ ਅਤੇ ਸੂਰਜ ਪ੍ਰਕਾਸ਼ ਅਤੇ ਦਸ਼ਮਗੜ੍ਹ ਦੀ ਅਸੀਂ ਗੱਲ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਰਲਗੜ ਹੋਈ ਹੈ ਅਤੇ ਉਹਨਾਂ ਨੂੰ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਜਾਂ 5 ਮੈਂਬਰੀ ਕਮੇਟੀ ਵੱਲੋਂ ਸੋਧ ਵਿੱਚ ਲਿਆਉਣਾ ਚਾਹੀਦਾ ਤਾਂ ਜੋ ਇੱਦਾਂ ਦੇ ਕੋਈ ਹੋਰ ਢੱਡਰੀਆਂ ਵਾਲੇ ਪੈਦਾ ਨਾ ਹੋ ਜਾਣ। ਪ੍ਰੋਗਰਾਮ ਅੱਛਾ ਲੱਗਾ ਹੋਵੇ ਤਾਂ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਇੱਥੇ ਹਰਜੀਤ ਕੌਰ ਦਾ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।